ਪੰਜਾਬੀ ਵਿਰਸਾ ਸਾਡੀ ਅਮੀਰ ਪਰੰਪਰਾ ਦਾ ਵਡਮੁੱਲਾ ਹਿੱਸਾ ਹੈ। ਸਾਡੀ ਅੱਜ ਦੀ ਜ਼ੂਮ ਮੀਟਿੰਗ ਇਸੇ ਅਮੀਰ ਪਰੰਪਰਾ ਬਾਰੇ ਰਹੇਗੀ। ਵਿਸ਼ਾ ਹੋਵੇਗਾ ਪੰਜਾਬੀ ਵਿਰਸਾ ਡਿਜੀਟਲ ਯੁੱਗ। ਵਿਸ਼ੇਸ਼ਕ ਨੇ ਦਵਿੰਦਰਪਾਲ ਸਿੰਘ ਅਤੇ ਰਾਜ ਸਿੰਘ ਭੰਡਾਰ, ਸੰਯੋਜਕ ਜਸਵੰਤ ਦੀਪ। ਆਓ ਜੁੜਦੇ ਹਾਂ। ਪੰਜਾਬੀ ਵਿਰਸਾ, ਜਦੋਂ ਅਸੀਂ ਇਹ ਲਫ਼ਜ਼ ਬੋਲਦੇ ਹਾਂ ਤਾਂ ਸਾਡੇ ਅੰਦਰ ਪੰਜਾਬ ਦਾ ਬਹੁਤ ਪੁਰਾਣਾ ਸਰੂਪ ਇੱਕ ਜਾਗਣ ਲੱਗਦਾ। ਉਸ ਵਿਰਸੇ ਨੂੰ ਸਾਂਭਣ ਲਈ, ਉਸ ਵਿਰਸੇ ਨੂੰ ਅੱਗੇ ਤੋਰਨ ਲਈ ਅਸੀਂ ਬਹੁਤ ਸਾਰੀਆਂ ਐਫਰਟਸ ਕਰਦੇ ਹਾਂ, ਕਿਉਂਕਿ ਕਿਸੇ ਵੀ ਕੌਮ ਦਾ, ਕਿਸੇ ਵੀ ਭਾਸ਼ਾ ਦਾ ਜਿਹੜਾ ਵਿਰਸਾ ਹੈ ਉਹਨੂੰ ਅੱਗੇ ਤੋਰਨ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਉੱਥੋਂ ਦੇ ਚਿੰਤਕਾਂ, ਲੇਖਕਾਂ ਅਤੇ ਹੋਰ ਜਾਗਰੂਕ ਲੋਕਾਂ ਦੇ ਉੱਤੇ ਹੁੰਦੀ ਹੈ। ਡਿਜੀਟਲਾਈਜੇਸ਼ਨ ਬਾਰੇ ਅਸੀਂ ਜਿਹੜੀਆਂ ਜ਼ੂਮ ਮੀਟਿੰਗ ਕੀਤੀਆਂ ਨੇ, ਸਾਡੇ ਦਰਸ਼ਕਾਂ ਨੇ ਬਹੁਤ ਸਾਰੇ ਵਧੀਆ ਖਿਆਲ ਪੇਸ਼ ਕੀਤੇ ਆ, ਸਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ, ਟੈਲੀਫੋਨ ਵੀ ਆਏ, ਫੇਸਬੁੱਕ 'ਤੇ, ਯੂਟਿਊਬ 'ਤੇ ਵੀ ਬਹੁਤ ਸਾਰੇ ਸਾਨੂੰ ਉਹਨਾਂ ਦੇ ਰਿਐਕਸ਼ਨ ਮਿਲੇ ਆ, ਬਹੁਤ ਸਾਰੀਆਂ ਉਸਾਰੂ ਸੁਝਾਅ ਮਿਲੇ ਨੇ। ਅਤੇ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਇੱਕ ਸਬਜੈਕਟ ਕਿ ਪੰਜਾਬੀ ਵਿਰਸਾ ਜਿਹੜਾ ਹੈ ਇਹਨੂੰ ਡਿਜੀਟਲ ਲੈਵਲ 'ਤੇ ਕਿੱਦਾਂ ਦੇਖਿਆ ਜਾ ਸਕਦਾ, ਇਹਦੇ ਬਾਰੇ ਸਾਡੇ ਕੋਲ ਦੋ ਅਹਿਮ ਸ਼ਖਸੀਅਤਾਂ ਅੱਜ ਗੱਲ ਕਰ ਲਈ ਨੇ। ਪੰਜਾਬ ਤੋਂ ਦਵਿੰਦਰਪਾਲ ਸਿੰਘ ਹੋਰੀ, ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਸੰਚਾਲਕ ਨੇ, ਰੂਬੀ ਰਵਾਂ ਨੇ, ਅਤੇ ਇਹ ਸਾਡੇ ਨਾਲ ਡਿਜੀਟਲਾਈਜੇਸ਼ਨ ਆਫ ਪੰਜਾਬੀ ਹੈਰੀਟੇਜ ਬਾਰੇ ਗੱਲ ਕਰਨਗੇ। ਅਤੇ ਕੈਨੇਡਾ ਤੋਂ ਸਾਡੇ ਨਾਲ ਰਾਜ ਸਿੰਘ ਭੰਡਾਲ, ਇਹ ਬਹੁਤੀ ਵਾਰੀ ਬਹੁਤੇ ਲੋਕਾਂ ਨੇ ਸ਼ਾਇਦ ਨਾਂ ਇਹਨਾਂ ਦਾ ਨਾਂ ਸੁਣਿਆ ਹੋਵੇ, ਪਰ ਇਹਨਾਂ ਦਾ ਕੰਮ ਬਹੁਤ ਨਵੇਕਲਾ ਹੈ। ਅਤੇ ਮੈਂ ਦੇਖ ਰਿਹਾ ਸੀ ਕਿ ਇਹ ਵੱਖਰੀ ਕਿਸਮ ਦੀ ਕਵਿਤਾ ਵੀ ਲਿਖਦੇ ਨੇ। ਅਤੇ ਇਹਨਾਂ ਨੇ ਇੱਕ ਕੈਨੇਡਾ ਦੇ ਵਿੱਚ ਵਣਜਾਰਾ ਨਾਂ ਦੀ ਇੱਕ ਸੰਸਥਾ ਕਹਿ ਲਓ ਜਾਂ ਇੱਕ ਉੱਦਮ ਕਹਿ ਲਓ ਸ਼ੁਰੂ ਕੀਤਾ ਹੈ, ਜਿਹੜਾ ਪੰਜਾਬੀ ਵਿਰਸੇ ਨੂੰ ਸਾਂਭ ਰਿਹਾ। ਅਸੀਂ ਅੱਜ ਤਿੰਨੇ ਹੀ ਪੰਜਾਬੀ ਵਿਰਸੇ ਦੀ ਸਾਂਭ ਸੰਭਾਲ ਬਾਰੇ ਡਿਜੀਟਲ ਯੁੱਗ ਦੇ ਵਿੱਚ ਉਹਦੇ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਮੇਰਾ ਖਿਆਲ ਹੈ ਅਸੀਂ ਦਵਿੰਦਰ ਜੀ ਤੁਹਾਨੂੰ ਜਿਹਾ ਦਿੰਦੇ ਹਾਂ ਕਿ ਪੰਜਾਬੀ ਵਿਰਸੇ ਤੋਂ ਅਸਲ ਚ ਸਾਡੀ ਮੁਰਾਦ ਕੀ ਹੈ ਔਰ ਤੁਹਾਡੇ ਅੰਦਰ ਕਿਸ ਤਰ੍ਹਾਂ ਦਾ ਕਨਸੈਪਟ ਜਾਗਿਆ ਜਦੋਂ ਤੁਸੀਂ ਇਹ ਕੰਮ ਸ਼ੁਰੂ ਕਰਨਾ ਸ਼ੁਰੂ ਕੀਤਾ? ਦਵਿੰਦਰ ਜੀ, ਵਿਰਸਾ ਬੇਸਿਕਲੀ ਹਜ਼ਾਰਾਂ ਸਾਲਾਂ ਤੋਂ ਜੋ ਸਾਡੇ ਖਿੱਤੇ ਵਿੱਚ ਹੁੰਦਾ ਆ ਰਿਹਾ ਹੈ, ਜਿਹੜੇ ਸਾਡੇ ਬਜ਼ੁਰਗ ਇੱਥੇ ਆਏ ਤੇ ਜੋ ਜੋ ਇੱਥੇ ਹੋਇਆ ਹੈਗਾ ਸਾਰਾ ਕੁਛ, ਉਹ ਸਾਡੇ ਅੰਦਰ ਚੱਲਦਾ ਵੀ ਹੈ। ਕੁਛ ਚੀਜ਼ਾਂ ਸਾਨੂੰ ਪਤਾ ਵੀ ਹੈ, ਕੁਛ ਚੀਜ਼ਾਂ ਸਾਨੂੰ ਨਹੀਂ ਵੀ ਪਤਾ ਹੈਗੀਆਂ। ਉਹ ਸਾਰੀਆਂ ਚੀਜ਼ਾਂ ਕੁਛ ਲਿਖਤ ਵਿੱਚ ਆਈਆਂ, ਕੁਛ ਲਿਖਤ ਵਿੱਚ ਨਹੀਂ ਵੀ ਆਈਆਂ ਹੈਗੀਆਂ, ਕੁਛ ਸਾਨੂੰ ਦਿਖਦੀਆਂ, ਕੁਛ ਨਹੀਂ ਦਿਖਦੀਆਂ। ਉਹ ਸਾਰੇ ਨੂੰ ਰਲਾ ਕੇ ਜਿਹੜੀ ਇੱਕ ਚੀਜ਼ ਹੈਗੀ ਹੈ ਉਹ ਸਾਡਾ ਵਿਰਸਾ ਹੈਗਾ, ਉਹ ਸਾਡਾ ਕਲਚਰ ਦਾ ਹਿੱਸਾ ਹੈਗਾ। ਕਲਚਰ ਸਿਰਫ ਓਨਾ ਕੁ ਨਹੀਂ ਹੈ ਕਿ ਜਿਹੜੀ ਅਸੀਂ ਉਹਨੂੰ ਭੰਗੜੇ ਗਿੱਧੇ ਤੱਕ ਸੀਮਿਤ ਕਰ ਲੈਂਦੇ ਹੈਗੇ ਹਾਂ। ਮੈਂ ਇਹਨੂੰ ਇਸ ਤਰ੍ਹਾਂ ਦੇਖਦਾ ਜੀ ਵੀ ਜਿਹੜਾ ਵਿਰਸਾ ਹੈ ਉਹ ਕਿਸੇ ਖਿੱਤੇ ਦੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੀ ਮੈਮਰੀ ਆ ਉਹ। ਕਈ ਵਾਰੀ ਉਹ ਮੈਮਰੀ ਆਪਾਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਹਾਂ ਅਤੇ ਕਈ ਵਾਰੀ ਆਪਾਂ ਨੂੰ ਕਿਤਾਬਾਂ, ਪੋਥੀਆਂ, ਗ੍ਰੰਥਾਂ ਦੇ ਥਰੂ ਦੇਖਣੀ ਪੈਂਦੀ ਆ। ਸੋ ਉਹ ਜਦੋਂ ਆਪਾਂ ਵਿਰਸੇ ਨੂੰ ਸਾਂਭਣ ਦੀ ਗੱਲ ਕਰਦੇ ਹਾਂ, ਮੇਰੀ ਸੋਚ ਮੁਤਾਬਕ ਉਹ ਆਪਾਂ ਨੂੰ ਤਿਆਰ ਕਰਦਾ ਅਗਾਹਾਂ ਨੂੰ ਤੁਰਨ ਲਈ। ਸੋ ਜਿਹੜੀਆਂ ਚੰਗੀਆਂ ਜਾਂ ਮਾੜੀਆਂ ਗੱਲਾਂ ਆਪਾਂ ਪਹਿਲਾਂ ਆਪਣੇ ਤੋਂ ਹੋ ਗਈਆਂ ਨੇ ਉਹਨਾਂ ਨੂੰ ਦੇਖ ਕੇ ਆਪਾਂ ਉਹਨਾਂ 'ਚ ਰੁਕੀਏ ਨਾ, ਪਰ ਅੱਗੇ ਜਾਣ ਦੀ ਤਿਆਰੀ ਕਰੀਏ। ਸੋ ਅੱਗੇ ਜਾਣ ਦੀ ਤਿਆਰੀ ਤਾਂ ਹੀ ਹੋਊਗੀ ਜੇ ਆਪਾਂ ਨੂੰ ਪਿਛਲਾ ਕਾਫੀ ਜਾਂ ਕੁਛ ਪਤਾ ਹੋਊਗਾ।
ਜਿੱਦਾਂ ਹੁਣ ਅਸੀਂ ਇੰਨੀ ਦੂਰ ਆ ਕੇ ਰਹਿ ਰਹੇ ਹਾਂ, ਮੈਂ ਹਮੇਸ਼ਾ ਹੀ ਸੋਚਦਾ ਹੁੰਦਾ ਵੀ ਸਰੀਰਕ ਤੌਰ 'ਤੇ ਜ਼ਰੂਰ ਅਸੀਂ ਬਹੁਤ ਦੂਰ ਬੈਠੇ ਹਾਂ, ਪਰ ਮਾਨਸਿਕ ਤੌਰ 'ਤੇ ਹਲੇ ਵੀ ਅਸੀਂ ਉੱਥੇ ਹੀ ਘੁੰਮ ਰਹੇ ਹਾਂ। हाँ ਸੋ ਇਸ ਤਰ੍ਹਾਂ ਮੈਂ ਇਹਨੂੰ ਦੇਖਦਾ। ਔਰ ਇਹਨੂੰ ਕਈ ਵਾਰ ਜੜ੍ਹ ਦੀ ਤਸ਼ਬੀਹ ਵੀ ਦਿੱਤੀ ਜਾਂਦੀ ਹੈ, ਉਹ ਵੀ ਗੱਲ ਸਹੀ ਹੈ ਕਿ ਜੇ ਮਾਨਸਿਕ ਤੌਰ ਤੇ ਅਸੀਂ ਟੁੱਟ ਗਏ, ਬਸ਼ੱਕ ਸਰੀਰਕ ਤੌਰ ਤੇ ਜੇ ਅਸੀਂ ਉੱਥੇ ਮੌਜੂਦ ਵੀ ਹੋਈ ਹੈ ਨਾ, ਪਰ ਜੇ ਸਾਡਾ ਮਨ ਪਰਦੇਸੀ ਹੋਇਆ ਹੋਇਆ, ਫਿਰ ਵੀ ਨਹੀਂ ਆਪਣੇ ਤੋਂ ਚੀਜ਼ਾਂ ਸਾਂਭ ਹੋਣੀਆਂ ਨੇ। ਸੋ ਹੋ ਸਕਦਾ ਹੁਣ ਪੰਜਾਬੀ ਪਹਿਲਾਂ ਪੰਜ ਦਰਿਆ ਵਾਲਾ ਹੁੰਦਾ ਸੀ, ਹੁਣ ਸੱਤ ਸਮੁੰਦਰਾਂ ਵਾਲਾ ਹੋ ਗਿਆ। ਸੋ ਉਹ ਜਿੱਥੇ ਵੀ ਬੈਠਾ ਹੋਇਆ, ਉਹਦੀ ਜਿਹੜੀ ਉਹਦਾ ਜਿਹੜਾ ਮੈਂ ਉਹਨੂੰ ਨਾੜੂਆ ਕਹਿੰਦਾ ਨਾ, ਅੰਬਿਲੀਕਲ ਕੋਰਡ, ਉਹ ਹਲੇ ਵੀ ਉੱਥੇ ਹੀ ਅਟੈਚ ਆ। हाँ ਔਰ ਜਿੰਨੀ ਇਹ ਸੁਰਜੀਤ ਰਹਿਣੀ ਚਾਹੀਦੀ ਆ, ਸਟਰੋਂਗ ਹੁੰਦੀ ਰਹਿਣੀ ਚਾਹੀਦੀ ਆ, ਪਰ ਉਹ ਤਾਂ ਹੀ ਹੋਊਗੀ ਜੇ ਆਪਾਂ ਜਿੱਥੋਂ ਆਪਾਂ ਆਏ ਹਾਂ ਉੱਥੇ ਦਾ ਮੈਨੂੰ ਪਤਾ ਹੋਊਗਾ ਤੇ ਗਾਹਾਂ ਦੇ ਜਵਾਕਾਂ ਨੂੰ ਪਤਾ ਹੋਊਗਾ। ਸੋ ਇਹਨੂੰ ਮੈਂ ਇਸ ਤਰ੍ਹਾਂ ਦੇਖਦਾ ਇਹਨੂੰ। ਜਵਿੰਦਰਪਾਲ ਜੀ, ਜਿੱਦਾਂ ਰਾਜ ਭੰਡਾਰ ਹੋਰਾਂ ਨੇ ਗੱਲ ਕੀਤੀ ਹੈ, ਹੁਣ ਮੈਂ ਚਾਹਾਂਗਾ ਕਿ ਸਾਡੇ ਜਿਹੜੇ ਦੇਖਣ ਵਾਲੇ ਆ ਉਹਨਾਂ ਨਾਲ ਤੁਸੀਂ ਇਹ ਗੱਲ ਸਾਂਝੀ ਕਰੋ ਕਿ ਹੁਣ ਤੱਕ ਤੁਸੀਂ ਕੀ ਕੰਮ ਕੀਤੇ ਨੇ, ਜਿਹੜੀ ਡਿਜੀਟਲ ਲਾਇਬ੍ਰੇਰੀ ਹੈ ਤੁਹਾਡੇ, ਬਹੁਤ ਮਹੱਤਵਪੂਰਨ ਤੁਸੀਂ ਕੰਮ ਕੀਤੇ ਨੇ, ਔਰ ਉਹਦੇ ਵਿੱਚ ਜੇ ਤੁਸੀਂ ਪ੍ਰਾਪਤੀਆਂ ਕਹੋ ਜਾਂ ਤੁਹਾਡਾ ਕਾਰਜ ਕਹੋ, ਉਹ ਕੀ ਉਹਦੇ 'ਚ ਸ਼ਾਮਿਲ ਆ, ਇਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਜਾਣਨਾ ਪਾਓ। ਮੈਨੂੰ ਐਵੇਂ ਲੱਗਦਾ ਹੈ ਕਿ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਤੇ ਇਹ ਹੈਗੀ ਹੈ ਕਿ ਅਸੀਂ ਗੁਰੂ ਸਾਹਿਬ ਨੂੰ ਆਪਣੇ ਬੜਾ ਨੇੜਿਓਂ ਦੇਖਿਆ ਹੈਗਾ ਪਿਛਲੇ 20 ਸਾਲਾਂ ਦੇ ਵਿੱਚ। ਉਸ ਤੋਂ ਪਹਿਲਾਂ ਅਸੀਂ ਉਦਾਂ ਨਹੀਂ ਸਮਝਿਆ ਸੀ ਚੀਜ਼ਾਂ ਨੂੰ ਜਿਸ ਤਰ੍ਹਾਂ ਅਸੀਂ ਗੁਰੂ ਸਾਹਿਬ ਨੂੰ ਪਿਛਲੇ 20 ਸਾਲਾਂ ਦੇ ਵਿੱਚ ਦੇਖ ਕੇ ਸਮਝਿਆ। ਜਿਹੜੀ ਕਾਰਜ ਵਿੱਚ ਪ੍ਰਾਪਤੀ ਹੈਗੀ ਹੈ ਉਹ ਤੇ ਅਸੀਂ ਬੜਾ ਲਾਈਕ ਅਸੀਂ ਉਵੇਂ ਸ਼ੁਰੂ ਹੋਏ ਸੀਗੇ ਕਿ ਸਾਨੂੰ ਹਾਲੇ ਪਤਾ ਹੀ ਨਹੀਂ ਹੈਗਾ ਕਿ ਕਿੰਨੀਆਂ ਚੀਜ਼ਾਂ ਬਚੀਆਂ ਹੋਈਆਂ ਜਿਨ੍ਹਾਂ ਨੂੰ ਅਸੀਂ ਸਾਂਭਣਾ ਹੈ। ਸੋ ਸਾਡੀ ਨਜ਼ਰ ਵਿੱਚ ਅਸੀਂ ਉਦਾਂ ਤੁਰੇ ਸੀ ਕਿ ਬਚਿਆ ਤੇ ਕੁਛ ਨਹੀਂ ਹੈਗਾ, ਕਿਉਂਕਿ ਅਸੀਂ ਇਹੀ ਸੁਣ ਸੁਣ ਕੇ ਵੱਡੇ ਹੋਏ ਸੀਗੇ ਆਪਣੇ ਬਜ਼ੁਰਗਾਂ ਤੋਂ, ਹੈ ਨਾ, ਅਖਬਾਰਾਂ ਤੋਂ, ਟੀਵੀ ਤੋਂ, ਕਿ ਸਭ ਕੁਝ ਤੇ ਸੜ ਗਿਆ, ਜੋ ਕੁਝ ਪਹਿਲੇ ਇਕੱਠਾ ਕੀਤਾ ਸੀਗਾ ਉਹ ਲਾਇਬ੍ਰੇਰੀਆਂ ਸੜ ਗਈਆਂ ਜਾਂ ਰੁੜ ਗਈਆਂ ਜਾਂ ਹੜ੍ਹ ਆ ਗਏ। ਸੋ ਸਾਨੂੰ ਸੀਗਾ ਕਿ ਸਾਡਾ ਤਾਂ ਸਭ ਕੁਝ ਰੁੜ ਚੁੱਕਾ ਹੈਗਾ, ਸਭ ਕੁਝ ਤਬਾਹ ਹੋ ਚੁੱਕਾ ਹੈ, ਹੁਣ ਤੇ ਬਹੁਤ ਥੋੜੀਆਂ ਜਿਹੀਆਂ ਚੀਜ਼ਾਂ ਬਚੀਆਂ, ਕੋਈ ਗਿਣਵੀਆਂ ਚੁਣਵੀਆਂ। ਸੋ ਉਹਨਾਂ ਨੂੰ ਲੱਭਣਾ ਸ਼ੁਰੂ ਕਰੀਏ ਪਿੰਡਾਂ ਵਿੱਚ ਜਾ ਕੇ ਤੇ ਫਿਰ ਉਹਨਾਂ ਨੂੰ ਡਿਜੀਟਾਈਜ਼ ਕਰੀਏ। ਸੋ ਅਸੀਂ ਸੋਚ ਕੇ ਸ਼ੁਰੂ ਕੀਤਾ ਸੀਗਾ ਕਿ ਅਸੀਂ ਸਿਰਫ ਹੱਥ ਲਿਖਤਾਂ ਡਿਜੀਟਾਈਜ਼ ਕਰਨੀ ਹੈ, ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗੀਆਂ ਤੇ ਉਹ ਸਭ ਤੋਂ ਜ਼ਿਆਦਾ ਖਤਰੇ ਵਿੱਚ ਹੈਗੀਆਂ। ਤੇ ਪਰ ਜਿਵੇਂ ਜਿਵੇਂ ਅਸੀਂ ਕਦਮ ਅੱਗੇ ਵਧਾਏ, ਦਿਨ ਅੱਗੇ ਤੁਰੇ, ਤੇ ਸਾਨੂੰ ਸਿਰ ਲੱਗਿਆ ਕਿ ਕਿਤਾਬਾਂ ਵੀ ਬਹੁਤ ਪੁਰਾਣੀਆਂ, ਰੇਅਰ, ਅਵੇਲੇਬਲ ਹੈਗੀਆਂ ਹਲੇ। ਸੋ ਸਾਨੂੰ ਸਿਰਫ ਇਹ ਸੀਗਾ ਸਾਡੇ ਮਨ ਦੇ ਵਿੱਚ ਕਿ ਚੀਜ਼ਾਂ ਨੂੰ ਸਾਂਭਣਾ ਹੈ, ਪਰ ਚੀਜ਼ਾਂ ਕਿੱਥੇ ਪਈਆਂ ਤੇ ਲੱਭਣਗੀਆਂ ਕਿਵੇਂ, ਉਹਦਾ ਸਾਨੂੰ ਕੋਈ ਅੰਦਾਜ਼ਾ ਨਹੀਂ ਸੀਗਾ। ਉਹ ਅਸੀਂ ਪਹਿਲੀ ਕਿਤਾਬ, ਪਹਿਲੀ ਹੱਥ ਲਿਖਤ ਲੱਭਣ ਲਈ ਵੀ ਕਈ ਮਹੀਨੇ ਲਾਏ ਸੀਗੇ। ਤੇ ਸ਼ੁਰੂ ਦੇ ਵਿੱਚ ਜਦੋਂ ਅਸੀਂ ਇੱਕ ਹੱਥ ਲਿਖਤ ਵੀ ਡਿਜੀਟਾਈਜ਼ ਕਰਨੀ ਹੁੰਦੀ ਸੀਗੀ ਤੇ ਸਾਨੂੰ ਪੰਜ ਪੰਜ ਚਾਰ ਚਾਰ ਵਾਰੀ ਉਹਨਾਂ ਦੇ ਘਰ ਜਾਣਾ ਪੈਂਦਾ ਸੀਗਾ ਉਹਨਾਂ ਨੂੰ ਮਨਾਉਣ ਵਾਸਤੇ ਕਿ ਸਾਨੂੰ ਡਿਜੀਟਾਈਜ਼ ਕਰਨ ਦਿਓ। ਉਦੋਂ ਲੋਕਾਂ ਨੂੰ ਪਤਾ ਹੀ ਨਹੀਂ ਸੀ, 2003 ਚ ਪ੍ਰੋਜੈਕਟ ਸ਼ੁਰੂ ਹੁੰਦਾ ਹੈਗਾ, ਉਦੋਂ ਡਿਜੀਟਾਈਜੇਸ਼ਨ ਦੀ ਕਿਤੇ ਗੱਲ ਹੀ ਨਹੀਂ ਸੀਗੀ ਹਲੇ, ਇਹ ਵਰਡ ਹੀ ਨਹੀਂ ਸੁਣਿਆ ਹੋਇਆ ਸੀਗਾ, ਮਤਲਬ ਅੱਜ ਵੀ ਨਹੀਂ, ਬਥੇਰਿਆਂ ਨੇ ਸੁਣਿਆ ਹੋਣਾ, ਪਰ ਬਿਲਕੁਲ ਉਦੋਂ ਉਦੋਂ ਸ਼ਹਿਰਾਂ ਵਿੱਚ ਵੀ ਨਹੀਂ ਸੁਣਿਆ ਹੋਇਆ ਸੀਗਾ ਤੇ ਪਿੰਡਾਂ ਵਿੱਚ ਤੇ ਬਿਲਕੁਲ ਹੀ ਨਹੀਂ ਸੁਣਿਆ ਹੋਇਆ ਸੀਗਾ। ਉਦੋਂ ਪਿੰਡਾਂ ਵਿੱਚ ਤੇ ਇਹ ਹਾਲਾਤ ਸੀਗੇ ਕਿ ਲੋਕਾਂ ਨੇ ਕੰਪਿਊਟਰ ਵੀ ਨਹੀਂ ਸੀ ਦੇਖਿਆ ਹਲੇ, ਤੇ ਕੰਪਿਊਟਰ ਕੀ ਹੁੰਦਾ। ਸੋ ਡਿਜੀਟਾਈਜੇਸ਼ਨ ਸਮਝਾਉਣ ਲਈ ਪਹਿਲੇ ਉਹਨਾਂ ਨੂੰ ਕੰਪਿਊਟਰ ਸਮਝਾਉਣਾ ਪੈਂਦਾ ਸੀਗਾ, ਤੇ ਸਾਡੀ ਸਿਚੁਏਸ਼ਨ ਇਹ ਸੀਗੀ ਕਿ ਸਾਡੇ ਕੋਲ ਲੈਪਟਾਪ ਵੀ ਨਹੀਂ ਸੀਗਾ, ਤੋ ਉਹਨਾਂ ਨੂੰ ਕੰਪਿਊਟਰ ਸਮਝਾਉਣ ਵਾਸਤੇ ਸਾਨੂੰ ਆਪਣਾ 15 ਇੰਚ ਦਾ CRT ਮੋਨੀਟਰ ਤੇ ਨਾਲ CPU, ਉਹ ਦੋਨੋਂ ਚੀਜ਼ਾਂ ਬੱਸ ਤੇ ਰੱਖ ਕੇ ਲਿਜਾਣੀਆਂ ਪੈਂਦੀਆਂ ਸੀਗੀਆਂ। ਦੈਟਸ ਗ੍ਰੇਟ। ਫਿਰ ਉਹਨਾਂ ਦੇ ਘਰ ਜਾ ਕੇ ਉਹ ਸਾਰਾ ਸੈਟਅਪ ਲਾ ਕੇ ਤੇ ਉਹਨਾਂ ਨੂੰ ਸਮਝਾਉਣਾ ਪੈਂਦਾ ਸੀਗਾ ਕਿ ਜਦੋਂ ਕੋਈ ਚੀਜ਼ ਡਿਜੀਟਾਈਜ਼ ਹੋ ਜਾਏਗੀ ਤਾਂ ਉਹ ਕੰਪਿਊਟਰ ਦੇ ਵਿੱਚ ਇਸ ਤਰ੍ਹਾਂ ਦਿਖੇਗੀ। ਹੁਣ ਜਿੱਦਾਂ ਮੇਰੇ ਕੋਲ ਖੜੇ ਪਏ ਆ, ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਮੈਂ ਉਹਨਾਂ ਦਾ ਕੀ ਕਰਨਾ, ਮੈਂ ਹਾਂਜੀ ਕਿਹਨੂੰ ਦੇਵਾਂ। ਇਦਾਂ ਮੇਰੇ ਵਰਗੇ ਬਹੁਤ ਸਾਰੇ ਲੋਕ ਆ
ਜਿਹੜੇ ਇਹ ਚਾਹੁੰਦੇ ਆ ਕਿ ਉਹਨਾਂ ਦੇ ਕੋਲ ਜਿਹੜੀਆਂ ਚੀਜ਼ਾਂ ਪਈਆਂ ਆ ਉਹ ਕਿਤੇ ਉਹਨਾਂ ਦੀ ਸਾਂਭ ਹੋ ਜਾਏ, ਕਿਉਂਕਿ ਇੰਡੀਵਿਜੁਅਲ ਕਈ ਵਾਰੀ ਇਸ ਕਾਬਲ ਨਹੀਂ ਹੁੰਦਾ। ਪਰ ਰਾਜ ਭੰਡਾਲ ਹੋਰਾਂ ਨੇ ਇੱਕ ਨਵਾਂ ਉਦਮ ਸ਼ੁਰੂ ਕੀਤਾ ਕਿ ਤੁਸੀਂ ਜਿੱਥੇ ਵੀ ਤੁਹਾਡੇ ਕੋਲ ਜੋ ਹੈ ਉਹਨੂੰ ਸਾਂਭੋ। ਜੀ ਬਾਕੀ ਤੁਹਾਡਾ ਕਨਸੈਪਟ ਇਹੀ ਹੈ, ਤੁਸੀਂ ਕਿਸ ਤਰ੍ਹਾਂ ਦਾ ਕਨਸੈਪਟ ਆਪਣੇ ਮਨ 'ਚ ਬਣਾਇਆ? ਹਾਂਜੀ, ਜਿਹੜਾ ਵੀਰ ਜੀ ਹੁਣਾਂ ਦਾ ਹੈਗਾ ਨਾ, ਉਹ ਵੀਰ ਜੀ ਹੈਗੇ ਬਾਈ ਇੰਸਟੀਟਿਊਸ਼ਨ ਇਨ ਹਿਜ਼ ਓਨ, ਤੇ ਜਿਹੜਾ ਮੇਰਾ ਆ ਇਸ ਵਾਰੀ ਜਿੱਦਾਂ ਛੋਟੇ ਲੈਵਲ ਤੇ ਕਹਿ ਲਓ ਜਾਂ ਸਿੰਗੂਲਰ ਲੈਵਲ ਤੇ ਨਾ, ਮੇਰੇ ਦੋ ਦੋਸਤ ਨੇ ਉਹ ਕਾਫੀ ਮੇਰੀ ਮਦਦ ਕਰਦੇ ਨੇ, ਇੱਕ ਜੈਸੀ ਤੰਜੂ ਆ ਤੇ ਸਨੀ ਖਰੋੜ ਆ। ਮੈਂ ਕਾਫੀ ਚਿਰ ਤੋਂ ਚੀਜ਼ਾਂ ਇਕੱਠੀਆਂ ਕਰ ਰਿਹਾ ਸੀਗਾ ਔਰ ਪਰ ਮੇਰੇ ਤੋਂ ਨਾ ਦਿਖਾ ਨਹੀਂ ਸੀ ਹੋ ਰਹੀਆਂ, ਤੇ ਜਾਂ ਮੈਂ ਜਗਦਾ ਸੀਗਾ ਥੋੜ੍ਹਾ ਜਿਹਾ ਕਿ ਮੈਂ ਦਿਖਾਉਣੀਆਂ ਨਹੀਂ ਹੈਗੀਆਂ, ਹੈ ਨਾ। ਸੋ ਫਿਰ ਇੱਕ ਦਫ਼ਾ ਵੈਸੇ ਹੀ ਖਿਆਲ ਆਇਆ ਬਈ ਕਿ ਉਹਨਾਂ ਦਿਖਾਈਆਂ ਜਾਣ, ਉਹਦੇ ਨਾਲ ਇਸ ਤਰ੍ਹਾਂ ਹੋਏਗਾ ਕਿ ਜਿਹੜਾ ਜਿੱਥੇ ਵੀ ਬੈਠਾ ਹੋਇਆ ਉਹਦੇ ਵਿੱਚ ਇਹ ਤਾਂਘ ਹੋਏਗੀ ਕਿ ਮੈਂ ਵੀ ਸਾਂਭਾਂ। ਮੈਂ ਇੱਦਾਂ ਨਹੀਂ ਕਹਿ ਰਿਹਾ ਵੀ ਕੋਈ ਵੀ ਨਹੀਂ ਸਾਂਭ ਰਿਹਾ ਉਹਨੇ ਸਿੰਗੂਲਰ ਲੈਵਲ, ਪਰ ਇਹ ਇੱਕ ਨਾ ਆਪਾਂ ਨੂੰ ਆਦਤ ਬਣਨੀ ਚਾਹੀਦੀ ਆ ਕਿ ਆਪਾਂ ਜਿੱਥੇ ਵੀ ਬੈਠੇ ਹੋਏ ਆ ਰੈਦਰ ਦੈਨ ਵੀ ਆਹ ਚੀਜ਼ ਪੁਰਾਣੀ ਹੋ ਗਈ ਹੁਣ ਆਪਾਂ ਇਹਨੂੰ ਢਾ ਕੇ ਨਵੀਂ ਬਣਾ ਦੇਣੀ ਆ, ਉਹਦੇ ਨਾਲੋਂ ਤੁਸੀਂ ਕਿਸੇ ਨਾਲ ਵੀ ਗੱਲ ਕਰਕੇ ਦੇਖ ਲਿਓ, ਬੇਸ਼ੱਕ ਆਸਟ੍ਰੇਲੀਆ ਨੇ, ਇੰਗਲੈਂਡ ਨੇ, ਕੈਨੇਡਾ ਨੇ, ਉਹ ਜਦੋਂ ਵੀ ਪਿੰਡ ਜਾਂਦੇ ਨੇ ਨਾ ਉਹ ਜ਼ਰੂਰ, ਮੈਂ ਉਹਨਾਂ ਨੂੰ ਕਹਿੰਦਾ ਨਾ ਆਪਣੇ ਸੰਦੂਕ ਫਰੋਲੋ, ਕੋਈ ਨਾ ਕੋਈ ਚੀਜ਼ ਉੱਥੇ ਜ਼ਰੂਰ ਪਈ ਹੋਏਗੀ ਜਿਹੜੀ ਤੁਹਾਨੂੰ ਹੁਣ ਲੱਗ ਰਿਹਾ ਵੀ ਉਹਦੀ ਕੋਈ ਅਹਿਮੀਅਤ ਨਹੀਂ ਹੈਗੀ ਬਈ, ਔਰ ਹੋ ਸਕਦਾ ਪਾਣੀ ਕਰਕੇ ਜਾਂ ਘੁਣ ਕਰਕੇ ਉਹ ਖਰਾਬ ਹੋ ਰਹੀਆਂ ਹੁਣ ਚੀਜ਼ਾਂ, ਪਰ ਜੇ ਤੁਸੀਂ ਉਹਨਾਂ ਨੂੰ ਸਾਂਭ ਲਓ, ਬੇਸ਼ੱਕ ਉੱਥੇ ਸਾਂਭ ਲਓ ਜਾਂ ਇੱਥੇ ਲਿਆਓ, ਘੱਟੋ ਘੱਟ ਆਪਣੇ 'ਚ ਉਹ ਆਦਤ ਪੈਣੀ ਚਾਹੀਦੀ ਆ। ਕਿਉਂਕਿ ਜਿੱਦਾਂ ਵੀਰ ਜੀ ਨੇ ਕਿਹਾ ਨਾ ਵੀ ਪਹਿਲਾਂ ਸਾਨੂੰ ਹੁੰਦਾ ਸੀ ਵੀ ਸ਼ਾਇਦ ਸਾਰਾ ਕੁਝ ਗੁੰਮ ਗਿਆ, ਉਹ ਇਸੇ ਕਰਕੇ ਸੀਗਾ ਕਿਉਂਕਿ ਅਸੀਂ ਸੁਣ ਰਹੇ ਸੀਗੇ ਉਹ, ਕਿਉਂਕਿ ਜਿਹੜੇ ਸਾਨੂੰ ਦੱਸ ਰਹੇ ਸੀਗੇ ਗੁੰਮ ਗਿਆ ਉਹਨਾਂ ਦੀ ਵੀ ਇਹ ਆਦਤ ਨਹੀਂ ਸੀਗੀ ਕਿ ਚੀਜ਼ਾਂ ਨੂੰ ਸਾਂਭ ਕੇ ਰੱਖੀਏ। ਸੋ ਇਸ ਤਰ੍ਹਾਂ ਇਹ ਮੇਰਾ ਖਿਆਲ ਮਿਹਣਾ ਤਾਂ ਨਹੀਂ ਕਹਿ ਸਕਦੇ, ਇੱਦਾਂ ਕਹਿ ਸਕਦੇ ਹਾਂ ਕਿ ਜੇ ਇੰਨੀ ਦੂਰ ਬੈਠੇ ਅਸੀਂ ਦੋ ਚਾਰ ਚੀਜ਼ਾਂ ਸਾਂਭ ਸਕਦੇ ਹਾਂ ਤੇ ਜਿਹੜੇ ਸਾਡੇ ਦੇਸ਼ 'ਚ ਬੈਠੇ ਹੋਏ ਉਹ ਤਾਂ ਜ਼ਰੂਰ ਸਾਂਭ ਸਕਦੇ ਨੇ। ਸੋ ਮੈਂ ਇਹਨੂੰ ਇਸ ਤਰ੍ਹਾਂ ਦੇਖਦਾ ਇਹਨਾਂ ਸਾਰੇ ਵਰਤਾਰੇ ਨੂੰ ਨਾ। ਜੀ 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 ਇਹ ਦਵਿੰਦਰਪਾਲ ਜੀ, ਤੁਸੀਂ ਜਿੱਦਾਂ ਇਹਨਾਂ ਨੇ ਸਵਾਲ ਪੈਦਾ ਕੀਤਾ ਕਿ ਵੀ ਇਹ ਇੰਡੀਵਿਜੁਅਲ ਲੈਵਲ ਤੇ ਕਰਦੇ ਆ, ਜਿੱਦਾਂ ਹੁਣ ਮੈਂ ਜਿੱਦਾਂ ਇਹਨਾਂ ਦੇ ਮਨ 'ਚ ਵੀ ਹੈ ਸਵਾਲ, ਮੇਰੇ ਮਨ 'ਚ ਵੀ ਸਵਾਲ ਹੈ ਕਿ ਕੀ ਤੁਸੀਂ ਜਿਹੜਾ ਤੁਹਾਡਾ ਉੱਦਮ ਆ ਇਸ ਤਰ੍ਹਾਂ, ਜੇ ਤੁਹਾਨੂੰ ਕੋਈ ਆਪਣਾ ਕੋਈ ਚੀਜ਼ਾਂ ਦੇਣੀਆਂ ਚਾਹਵੇ ਜਾਂ ਕੋਈ ਉਹਦੇ ਕੋਲ ਮੈਨੂਸਕ੍ਰਿਪਟ ਵੈਲਿਊਏਬਲ ਆ, ਕੀ ਤੁਹਾਡੀ ਲਾਇਬ੍ਰੇਰੀ ਉਹਨੂੰ ਸਾਂਭਣ ਲਈ ਉਹਨੂੰ ਸੱਦਾ ਦਿੰਦੀ ਆ ਜਾਂ ਕਹਿੰਦੇ ਹੋ ਵੀ ਸਾਡਾ ਕੰਮ ਨਹੀਂ ਹੈ ਇਹ? ਨਹੀਂ, ਉਹਦੇ ਵਿੱਚ ਜੇ ਸਾਨੂੰ ਕੋਈ ਆਫਰ ਕਰਦਾ ਹੈਗਾ ਕਿ ਤੁਸੀਂ ਇਸ ਅਸੀਂ ਨਹੀਂ ਸਾਂਭ ਸਕਦੇ ਤੇ ਅਸੀਂ ਉਹ ਜ਼ਰੂਰ ਸਾਂਭਦੇ ਹੈਗੇ ਹਾਂ, ਇਹ ਇਸ ਚੀਜ਼ ਦੀ ਸਾਨੂੰ ਨਾ ਮਤਲਬ ਜਿਵੇਂ ਰਾਜ ਭਾਈ ਸਾਹਿਬ ਇੰਡੀਵਿਜੁਅਲ ਲੈਵਲ ਤੇ ਕਰ ਰਹੇ ਹੈਗੇ ਆ, ਅਸੀਂ ਥੋੜਾ ਜਿਹਾ ਇੰਟੈਂਸ਼ਨਲੀ ਵੱਖਰੇ ਸਕੇਲ ਤੇ ਸ਼ੁਰੂ ਤੋਂ ਹੀ ਚੱਲ ਰਹੇ ਸੀਗੇ ਕਿ ਅਸੀਂ ਇੰਡੀਵਿਜੁਅਲ ਲੈਵਲ ਤੇ ਨਹੀਂ ਕਰਨਾ ਹੈਗਾ, ਕਿਉਂਕਿ ਅਸੀਂ ਬੜਾ ਬੜੇ ਸਾਰੇ ਐਫਰਟਸ ਦੇਖੇ ਆ ਪਿਛਲੇ ਪਿਛਲੇ 100 ਸਾਲਾਂ ਵਿੱਚ ਕਹਿ ਲਓ, ਜਿਹੜੇ ਇੰਡੀਵਿਜੁਅਲ ਲੈਵਲ ਤੇ ਹੋਏ ਤੇ ਆਫਟਰ ਫਿਊ ਈਅਰਸ ਦੇ ਵੈਂਟ ਮਿਸਿੰਗ, ਉਹ ਫਿਰ ਲੱਭੇ ਨਹੀਂ ਮੁੜ ਕੇ ਕਿ ਉਹ ਐਫਰਟਸ ਗਏ ਕਿੱਥੇ, ਕਿਉਂਕਿ ਉਹਨਾਂ ਨੂੰ ਸਾਂਭਣ ਵਾਲਾ ਹੀ ਨਹੀਂ ਸੀਗਾ ਅੱਗੇ ਕੋਈ। ਸੋ ਸਾਨੂੰ ਸੀਗਾ ਕਿ ਜਿਹੜਾ ਸਾਨੂੰ ਉਹ ਕਲੈਰਿਟੀ ਸੀਗੀ ਕਿ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਉਹ ਬਹੁਤ ਵੱਡਾ ਹੈਗਾ ਤੇ ਜਨਰੇਸ਼ਨਸ ਤੱਕ ਉਹ ਚੀਜ਼ਾਂ ਪਹੁੰਚਣੀਆਂ ਚਾਹੀਦੀਆਂ ਹੈਗੀਆਂ ਤੇ ਉਹ ਇੰਸਟੀਟਿਊਸ਼ਨਲਾਈਜ਼ ਹੋਣਾ ਜ਼ਰੂਰੀ ਹੈਗਾ, ਅਸੀਂ ਰਹੀਏ ਭਾਵੇਂ ਨਾ ਰਹੀਏ ਬਟ ਇੰਸਟੀਟਿਊਸ਼ਨ ਰਹਿਣਾ ਚਾਹੀਦਾ ਤੇ ਉਹ ਉਸੇ ਵਿਗਰ ਦੇ ਨਾਲ ਚੱਲਦਾ ਰਹਿਣਾ ਚਾਹੀਦਾ ਹੈਗਾ ਅੱਗੇ। ਅੱਛਾ ਸੋ ਅਸੀਂ ਉਹਨੂੰ ਜੀ ਜੀ ਮੈਂ ਤੁਹਾਡੇ ਕੋਲੋਂ ਅੱਗੇ ਵਿੱਚੋਂ ਤੁਹਾਨੂੰ ਮੈਂ ਟੋਕ ਦਿੱਤਾ ਤੇ ਉਹ ਗੱਲ ਵਿੱਚ ਰਹਿ ਗਈ ਕਿ ਤੁਹਾਡਾ ਹੋਰ ਕੀ ਕੰਮ ਉਸ ਖਰੜੇ ਤੋਂ ਜਦੋਂ ਸ਼ੁਰੂਆਤ ਕੀਤੀ ਤੇ ਹੁਣ ਤੱਕ ਕੀ ਕੰਮ ਤੁਸੀਂ ਕੀਤਾ ਹੈ ਇਹਦੇ ਬਾਰੇ ਹਾਂਜੀ। ਜਾਣਕਾਰੀ ਜੀ? ਸੋ ਜਦੋਂ ਅਸੀਂ ਇੰਸਟੀਟਿਊਸ਼ਨਲਾਈਜ਼ ਕਰਦੇ ਹਾਂ ਚੀਜ਼ਾਂ ਨੂੰ ਤਾਂ ਉਹਨਾਂ ਦੀ ਲੰਬੀ ਉਮਰ ਦੇ ਚਾਂਸਸ ਹੁੰਦੇ ਹੈਗੇ ਆ, ਤੇ ਜਿਹੜਾ ਤੁਹਾਡਾ ਪਹਿਲਾ ਸਵਾਲ ਸੀਗਾ ਉਹ ਆਪਾਂ ਕਿਤੇ ਹੋਰ ਚਲੇ ਗਏ ਸੀਗੇ ਫਿਰ, ਹਾਂ ਸਾਡੀ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਹੈ ਨਾ ਜਿਹੜੀ ਮੈਂ ਹੁਣ ਤੱਕ ਦੱਸੀ ਸੀਗੀ ਜਿਹੜੀ ਮੈਂ ਪਹਿਲੇ ਡਿਸਕਸ ਕਰਕੇ ਹਟਿਆ ਹੈਗਾ, ਉਹ ਇਹ ਹੈਗੀ ਹੈ ਕਿ ਅਸੀਂ
ਸ਼ੁਰੂ ਦੇ ਵਿੱਚ ਸਾਨੂੰ 6-6 ਮਹੀਨੇ ਲੱਗਦੇ ਸੀਗੇ ਇੱਕ ਮੈਨੂਸਕ੍ਰਿਪਟ ਡਿਜੀਟਾਈਜ਼ ਕਰਨ ਵਾਸਤੇ। ਅੱਜ ਦੀ ਡੇਟ ਵਿੱਚ ਅਸੀਂ ਉਸ ਪੋਜੀਸ਼ਨ 'ਚ ਹੈਗੇ ਹਾਂ ਕਿ ਅਸੀਂ ਮੋਰ ਦੈਨ 50 ਮਿਲੀਅਨ ਪੇਜਿਸ ਡਿਜੀਟਾਈਜ਼ ਕਰ ਚੁੱਕੇ ਹਾਂ ਤੇ ਸਾਡੇ ਕੋਲ ਮੋਰ ਦੈਨ 50 ਮਿਲੀਅਨ ਪੇਜਿਸ ਦੀਆਂ ਰਿਕੁਐਸਟ ਪੈਂਡਿੰਗ ਪਈਆਂ। ਵਾਹ ਤੇ ਹੁਣ ਅਸੀਂ ਪਿਛਲੇ 1.5 ਸਾਲ ਤੋਂ ਆਪਣੀ ਡਿਜੀਟਾਈਜੇਸ਼ਨ ਦੀ ਸਪੀਡ ਵਧਾਈ ਹੈਗੀ ਹੈ। ਅਦਰਵਾਈਜ਼ 50 ਮਿਲੀਅਨ ਕਰਨ ਲਈ ਸਾਨੂੰ 25 ਸਾਲ ਲੱਗਣੇ ਸੀਗੇ। ਅੱਛਾ ਸੋ ਸਾਡਾ ਅਗਲੇ 25 ਸਾਲਾਂ ਦਾ ਕੰਮ ਪੈਂਡਿੰਗ ਪਿਆ ਹੈਗਾ ਜੇ ਅਸੀਂ 2 ਸਾਲ ਪਹਿਲਾਂ ਗੱਲ ਕਰ ਰਹੇ ਹੋਈਏ। ਸੋ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈਗੀ ਹੈ ਕਿ ਅਸੀਂ ਪੰਜਾਬ ਨੂੰ ਰਾਜ਼ੀ ਕਰ ਸਕੇ, ਅਸੀਂ ਪੰਜਾਬੀਆਂ ਨੂੰ ਰਾਜ਼ੀ ਕਰ ਸਕੇ, ਅਸੀਂ ਪੰਜਾਬ ਦੇ ਸਾਰੇ ਕਸਟੋਡੀਅਨਸ ਨੂੰ ਮਨਾ ਸਕੇ ਕਿ ਜਿੰਨਾ ਵੀ ਉਹਨਾਂ ਕੋਲ ਖਜ਼ਾਨਾ ਸਾਂਭਿਆ ਪਿਆ ਹੈ ਉਹਨੂੰ ਡਿਜੀਟਾਈਜ਼ ਕਰਨਾ ਜ਼ਰੂਰੀ ਹੈਗਾ। ਤੇ ਉਹ ਕਸਟੋਡੀਅਨਸ ਭਾਵੇਂ ਇੰਡੀਵਿਜੂਅਲਸ ਸੀਗੇ, ਭਾਵੇਂ ਲਾਇਬ੍ਰੇਰੀਜ਼ ਸੀਗੀਆਂ ਉਹ, ਤੇ ਭਾਵੇਂ ਉਹ ਸਰਕਾਰ ਸੀਗੀ ਜਾਂ ਉਹ ਪ੍ਰਾਈਵੇਟ ਅਦਾਰੇ ਸੀਗੇ, SGPC ਵਰਗੇ ਜਾਂ ਹੋਰ, ਅਸੀਂ ਸਾਰਿਆਂ ਨੂੰ ਰਾਜ਼ੀ ਕਰ ਸਕੇ ਕਿ ਚੀਜ਼ਾਂ ਨੂੰ ਡਿਜੀਟਾਈਜ਼ ਕਰਨਾ ਬਹੁਤ ਜ਼ਰੂਰੀ ਹੈਗਾ ਤੇ ਸਾਨੂੰ ਕਰਨ ਦਿਓ ਡਿਜੀਟਾਈਜ਼। ਸੋ ਅੱਛਾ ਮੈਂ ਆਪਣੀ ਸਭ ਤੋਂ ਵੱਡੀ ਪ੍ਰਾਪਤੀ ਇਹ ਦੇਖਦਾ ਹੈਗਾ। ਮੈਂ ਇਟ ਇਜ਼ ਇੰਪੋਰਟੈਂਟ ਕਿ ਅਸੀਂ 50 ਮਿਲੀਅਨ ਪੇਜਿਸ ਡਿਜੀਟਾਈਜ਼ ਕਰ ਦਿੱਤੇ ਹੈਗੇ ਆ, ਜਿਹਦੇ ਵਿੱਚ ਕਰੀਬ 80,000 ਕਿਤਾਬਾਂ ਹੈਗੀਆਂ, ਕਰੀਬ 14-15 ਹਜ਼ਾਰ ਹੱਥ ਲਿਖਤ ਖਰੜੇ ਹੈਗੇ ਆ, ਕਰੀਬ 2.5 ਲੱਖ ਸਰਕਾਰੀ ਫਾਈਲਾਂ ਹੈ। ਸਰਕਾਰੀ ਫਾਈਲਾਂ ਲਾਈਕ ਉਹ ਲੱਗਦਾ ਹੈ ਕਿ ਸਰਕਾਰ ਬਿਜਲੀ ਦੇ ਬਿੱਲਾਂ ਦੀਆਂ ਫਾਈਲਾਂ ਹੋਣਗੀਆਂ, ਪਰ ਸਰਕਾਰੀ ਫਾਈਲਾਂ ਦਾ ਸਾਡੇ ਜਿਹੜੀਆਂ ਅਸੀਂ ਡਿਜੀਟਾਈਜ਼ ਕਰ ਰਹੇ ਹਾਂ ਉਹ ਸਾਰੀਆਂ 1947 ਤੋਂ ਪੁਰਾਣੀਆਂ ਹੈ। ਹੁਣ ਅੱਛਾ ਸਰਕਾਰਾਂ ਜਿ ਕਿਹੜੀਆਂ ਸੀਗੀਆਂ 1947 ਤੋਂ ਪਹਿਲਾਂ? ਹਾਂ 1947 ਤੋਂ ਪਹਿਲਾਂ ਅੰਗਰੇਜ਼ਾਂ ਦੀ ਸਰਕਾਰ ਸੀ ਪੰਜਾਬ ਦੇ ਵਿੱਚ, ਉਸ ਤੋਂ ਪਹਿਲਾਂ ਪਟਿਆਲਾ ਰਿਆਸਤ ਸੀ, ਕਪੂਰਥਲਾ, ਫਰੀਦਕੋਟ, ਨਾਭਾ, ਕਲਸੀਆ, ਇਹ ਸਾਰੀਆਂ ਰਿਆਸਤਾਂ ਸੀਗੀਆਂ। ਉਸ ਤੋਂ ਪਿੱਛੇ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਸੀਗੀ। ਸੋ ਜਿਹੜੀਆਂ ਅਸੀਂ ਸਰਕਾਰੀ ਫਾਈਲਾਂ ਡਿਜੀਟਾਈਜ਼ ਕਰ ਰਹੇ ਹੈਗੇ ਆ ਉਹ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਤੋਂ ਲੈ ਕੇ ਤੇ 1947 ਤੱਕ ਦੀਆਂ ਫਾਈਲਾਂ ਹੈਗੀਆਂ। ਵਾਹ ਸੋ ਜਿਹੜਾ ਸਾਡਾ ਪਿਛਲੇ 5-6 ਸਾਲਾਂ ਤੋਂ ਫੋਕਸ ਹੈਗਾ ਉਹ ਸਾਡਾ ਫੋਕਸ ਕਿਤਾਬਾਂ ਨਹੀਂ ਹੈ, ਅਸੀਂ ਕਿਤਾਬਾਂ ਬਹੁਤ ਘੱਟ ਡਿਜੀਟਾਈਜ਼ ਕਰ ਰਹੇ ਹਾਂ। ਓਕੇ ਸਾਡਾ ਫੋਕਸ ਉਹ ਡਾਕੂਮੈਂਟਸ ਹੈ ਜਿਨ੍ਹਾਂ ਦੀ ਦੂਸਰੀ ਕਾਪੀ ਹੈ ਹੀ ਨਹੀਂ ਹੈ, ਅੱਛਾ ਜਿਨ੍ਹਾਂ ਦੀ ਦੂਸਰੀ ਕਾਪੀ ਕਦੀ ਬਣੀ ਹੀ ਨਹੀਂ, ਦੇ ਆਰ ਸਿੰਗਲ ਕਾਪੀ ਰੈਕੋਰਡਸ। ਸਾਡਾ ਫੋਕਸ ਉਹ ਹੈ ਕਿਉਂਕਿ ਕਿਤਾਬਾਂ 1,000 ਛਪੀਆਂ ਹੋਣਗੀਆਂ, 500 ਛਪੀਆਂ ਹੋਣਗੀਆਂ, ਮਲਟੀਪਲ ਕਿਤੇ ਨਾ ਕਿਤੇ ਪਈਆਂ ਹੋਣਗੀਆਂ, ਸੋ ਉਹ ਠਹਿਰ ਕੇ ਵੀ ਡਿਜੀਟਾਈਜ਼ ਹੋ ਸਕਦੀਆਂ। ਜੇ ਕਿਤੇ ਇੱਕ ਕਿਤਾਬ ਦਾ ਨੁਕਸਾਨ ਹੋ ਜਾਏਗਾ, ਨਹੀਂ ਹੋਣਾ ਚਾਹੀਦਾ ਹੈਗਾ, ਪਰ ਜੇ ਹੋ ਜਾਏਗਾ ਤਾਂ ਦੇਰ ਇਜ਼ ਅ ਪੋਸਿਬਿਲਿਟੀ ਕਿ ਹੋਰ ਥਾਵਾਂ ਤੇ ਪਈਆਂ ਉਹ, ਪਰ ਜਿਹੜੇ ਸਿੰਗਲ ਕਾਪੀ ਰੈਕੋਰਡਸ ਹੈਗੇ ਆ ਜੇ ਉਹਨਾਂ ਦਾ ਨੁਕਸਾਨ ਹੋ ਜਾਏਗਾ ਤੇ ਸਾਨੂੰ ਕਦੀ ਪਤਾ ਵੀ ਨਹੀਂ ਲੱਗੇਗਾ ਕਿ ਕੀ ਚੀਜ਼ ਸਾਡੇ ਹੱਥੋਂ ਚਲੀ ਗਈ, ਕਿਉਂਕਿ ਉਹ ਚੀਜ਼ਾਂ ਪੜੀਆਂ ਹੀ ਨਹੀਂ ਗਈਆਂ ਅੱਜ ਤੱਕ, ਹੈ ਨਾ। ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਰਿਕਾਰਡ ਹੈਗੇ ਆ ਉਹ ਅੱਜ ਤੱਕ ਪੜੇ ਹੀ ਨਹੀਂ ਗਏ। 4500 ਤੋਂ ਵੱਧ ਫਾਈਲਾਂ ਹੈਗੀਆਂ, ਉਹ ਇੰਨੀਆਂ ਇੰਨੀਆਂ ਮੋਟੀਆਂ, ਹੈ ਨਾ, 1.5-1.5 ਇੰਚ ਦੀਆਂ, 2-2 ਇੰਚ ਦੀਆਂ ਫਾਈਲਾਂ ਹੈ ਉਹ, 4500 ਹੈਗੀਆਂ। ਤੇ ਉਹ ਫਾਰਸੀ ਵਿੱਚ ਹੈਗੀਆਂ, ਸਾਡੀ ਤ੍ਰਾਸਦੀ ਹੈਗੀ ਹੈ ਕਿ ਫਾਰਸੀ ਪੜ੍ਹਨ ਵਾਲੇ ਬੰਦੇ ਹੀ ਨਹੀਂ ਹੈਗੇ ਹੁਣ, ਹਾਂ ਤੇ ਜਦੋਂ ਸਿਗੇ ਉਹ ਉਦੋਂ ਵੀ ਨਹੀਂ ਪੜੀਆਂ ਗਈਆਂ, ਯੈਸ ਤੇ ਹੁਣ ਤੇ ਉਹਨਾਂ ਨੂੰ ਟ੍ਰਾਂਸਲੇਟ ਕਰਵਾਉਣਾ ਪਏਗਾ। ਸੋ ਜਿਹੜਾ ਇਹ ਵੋਲਿਊਮ ਹੈਗਾ ਤੇ ਜਿਹੜੇ ਸਿੰਗਲ ਕਾਪੀ ਰੈਕੋਰਡਸ ਆਪਾਂ ਹੁਣ 2015 ਦੇ ਵਿੱਚ DC ਆਫਿਸ ਅੰਮ੍ਰਿਤਸਰ ਨੂੰ ਅੱਗ ਲੱਗ ਗਈ, 2 ਦਿਨ ਖਬਰ ਆਈ, ਸਿਰਫ ਅਖਬਾਰਾਂ ਵਿੱਚ ਮੁੜ ਕੇ ਖਬਰ ਨਹੀਂ ਆਈ ਉਹਦੀ। ਹੁਣ ਉਹ DC ਆਫਿਸ ਅੰਮ੍ਰਿਤਸਰ 1849 ਚ ਬਣਿਆ ਸੀਗਾ ਤੇ 2015 ਦੇ ਵਿੱਚ ਉਹੀ ਬਿਲਡਿੰਗ ਸੜ ਗਈ। ਸੋ ਉਹ 150 ਸਾਲ ਉਸੇ ਬਿਲਡਿੰਗ ਤੋਂ ਆਪਰੇਟ ਕੀਤਾ DC ਆਫਿਸ, ਸਾਰੇ ਰੈਕੋਰਡਸ ਉੱਥੇ ਹੀ ਸੀਗੇ 1849 ਤੋਂ ਲੈ ਕੇ ਅੰਮ੍ਰਿਤਸਰ ਦੇ ਜੋ ਅੰਮ੍ਰਿਤਸਰ ਵਿੱਚ ਜੋ ਕੁਝ ਵੀ ਹੋਇਆ ਉਹਦਾ ਰਿਕਾਰਡ 2015 ਵਿੱਚ ਸੜ ਜਾਂਦਾ ਹੈਗਾ ਤੇ ਸਾਨੂੰ ਪਤਾ ਵੀ ਨਹੀਂ ਹੈ ਕੀ ਸੜਿਆ, ਕਿਉਂਕਿ ਉਹ ਡਿਜੀਟਾਈਜ਼ ਹੀ ਨਹੀਂ ਹੋਇਆ ਸੀ ਹਲੇ। ਸੋ ਇਸ ਕਰਕੇ ਜਿਹੜਾ ਸਾਡਾ ਫੋਕਸ ਹੈਗਾ ਉਹ ਉਹਨਾਂ ਚੀਜ਼ਾਂ ਤੇ ਹੈਗਾ। ਇਹ ਦੇਖੋ ਏਡੀ ਵੱਡੀ ਜਿਹੜੀ ਚੇਂਜ ਆ ਜਾਂ ਏਡਾ ਬੜਾ ਜਿਹੜਾ ਉੱਦਮ ਆ ਇਹ ਡਿਜੀਟਲਾਈਜੇਸ਼ਨ ਕਰਕੇ ਸੰਭਵ ਹੋਇਆ ਹਾਂਜੀ ਤੇ ਬਿਲਕੁਲ ਸਾਡੇ ਅਜੇ ਵੀ ਰਾਜੀ ਕੈਨੇਡਾ ਵਿੱਚ ਥੋੜੀਆਂ ਜਿਹੀਆਂ ਸਿਚੁਏਸ਼ਨਸ ਵੱਖਰੀਆਂ ਹੁੰਦੀਆਂ ਉੱਥੇ ਲੋਕਾਂ ਕੋਲ ਟਾਈਮ ਨਹੀਂ ਹੁੰਦਾ
ਉੱਥੇ ਆਪਣੀ ਰੋਜ਼ੀ ਰੋਟੀ ਲਈ ਲੋਕ ਗਏ ਹੋਏ ਆ, ਇਹਨਾਂ ਗੱਲਾਂ ਵੱਲ ਬਹੁਤ ਘੱਟ ਖਿਆਲ ਆ। ਤੁਸੀਂ ਇੱਕ ਵੱਖਰਾ ਉੱਥੇ ਇਹ ਕੰਮ ਕੀਤਾ, ਤੇ ਇਹਦੇ ਪਿੱਛੇ ਜਿਹੜੀ ਇੱਕ ਤਾਂ ਹੁੰਦੀ ਹੈ ਤੁਹਾਡੀ ਮਨੋਭਾਵਨਾ, ਇੱਧਰੋਂ ਗਿਆ ਬੰਦਾ ਜਦੋਂ ਬਾਹਰਲੇ ਮੁਲਕ ਜਾਂਦਾ ਤੇ ਉਹ ਆਪਣੀ ਜ਼ੁਬਾਨ ਬਾਰੇ ਵੀ ਭਾਵੁਕ ਹੋ ਜਾਂਦਾ, ਆਪਣੇ ਸੱਭਿਆਚਾਰ ਬਾਰੇ ਵੀ ਭਾਵੁਕ ਹੁੰਦਾ, ਉਹਨਾਂ ਗੱਲਾਂ ਬਾਰੇ ਹੋਰ ਜ਼ਿਆਦਾ ਸੀਰੀਅਸ ਹੋ ਜਾਂਦਾ ਜਿਹੜੀਆਂ ਇੱਥੇ ਅਸੀਂ ਗੌਲਦੇ ਨਹੀਂ। ਤੇ ਤੁਸੀਂ ਕੈਨੇਡਾ ਵਿੱਚ ਕੀ ਸਮਝਦੇ ਆ ਕਿ ਇਸ ਤਰ੍ਹਾਂ ਦੀ ਜਾਗਰੂਕਤਾ ਡਿਜੀਟਲਾਈਜੇਸ਼ਨ ਬਾਰੇ ਜਾਂ ਇਸ ਤਰ੍ਹਾਂ ਦੇ ਐਂਟੀਕ ਸਾਂਭਣ ਬਾਰੇ ਕੋਈ ਹੈਗੀ ਆਮ ਲੋਕਾਂ 'ਚ, ਕਿ ਬਹੁਤ ਹੀ ਗਿਣੇ ਚੁਣੇ ਲੋਕ ਇਸ ਪਾਸੇ ਧਿਆਨ ਦਿੰਦੇ ਆ? ਇਹ ਮੇਰੇ ਖਿਆਲ ਡਿਪੈਂਡ ਕਰਦਾ ਆਪਾਂ ਕਿੱਦਾਂ ਦਾ ਜਿਹੜਾ ਜਹਾਨ ਸਿਰਜਿਆ ਹੋਇਆ ਆਪਣੇ ਨਾ। ਮੈਨੂੰ ਥੋੜ੍ਹੇ ਜਿਹੇ ਸ਼ਖਸ ਜਾਣਦੇ ਨੇ ਜਿਹੜੇ ਇੱਦਾਂ ਦਾ ਕਾਰਜ ਕਰ ਰਹੇ ਨੇ, ਪਰ ਉਹਨਾਂ ਦਾ ਕੋਈ ਸਮਾਨ ਇਕੱਠਾ ਕਰ ਰਿਹਾ ਪੁਰਾਣਾ, ਉਹ ਵਿਰਸੇ ਦੀ ਕੈਟੇਗਰੀ 'ਚ ਪਾ ਰਹੇ ਨੇ ਉਹਨੂੰ, ਕੋਈ ਚਰਖੇ ਪੀੜ੍ਹੀਆਂ ਇਕੱਠੀਆਂ ਕਰ ਰਿਹਾ, ਕੋਈ ਫੁਲਕਾਰੀਆਂ ਇਕੱਠੀਆਂ ਕਰ ਰਿਹਾ, ਕੋਈ ਸਿੱਕੇ ਇਕੱਠੇ ਕਰ ਰਿਹਾ। ਪਰ ਅਸੀਂ ਆਪਸ 'ਚ ਹੀ ਗੱਲ ਕਰਦੇ ਹੁੰਦੇ ਹਾਂ ਵੀ ਜਿੱਦਾਂ ਹੁਣ ਵੀਰ ਜੀ ਹੋਣਾ ਦਾ ਉਪਰਾਲਾ ਹੈਗਾ ਬਹੁਤ ਵੱਡਾ, ਪਰ ਮੈਂ ਆਪਣੇ ਵੱਲੋਂ ਔਨ ਇੰਡੀਵਿਜੁਅਲ ਲੈਵਲ ਇੱਦਾਂ ਦੇਖਦਾ ਹੁੰਦਾ ਕਿ ਆਪਾਂ ਨੂੰ ਸਾਰਿਆਂ ਨੂੰ ਆਦਤ ਪੈਣੀ ਚਾਹੀਦੀ ਆ। ਇੰਸਟੀਟਿਊਸ਼ਨਸ ਆਰ ਵੈਰੀ ਗੁੱਡ, ਉਹ ਇੱਕ ਜਗ੍ਹਾ ਬਣ ਜਾਣੇ ਆ ਤੇ ਔਨਲਾਈਨ ਆਪਾਂ ਜਾ ਕੇ ਦੇਖਣੇ ਆ, ਪਰ ਇੱਕ ਆਪਾਂ ਨਾ ਵੈਸੇ ਹੀ ਆਪਾਂ ਨੂੰ ਆਦਤ ਪੈਣੀ ਚਾਹੀਦੀ ਆ ਕਿ ਆਪਾਂ ਪੁਰਾਣੇ ਨੂੰ ਸਾਂਭਣਾ ਆ, ਔਰ ਇਹ ਆਦਤ ਹਰ ਘਰ 'ਚ ਹੋਣੀ ਚਾਹੀਦੀ ਆ। ਤੇ ਜੇ ਆਪਾਂ ਨੂੰ ਇਦਾਂ ਹੀ ਆਦਤ ਹੋਏਗੀ ਫਿਰ ਆਪਾਂ ਨੂੰ ਆਉਂਦੀਆਂ ਪੀੜ੍ਹੀਆਂ 'ਚ ਵੀ ਇਹ ਡਰ ਨਹੀਂ ਹੋਊਗਾ ਕੋਈ ਚੀਜ਼ ਗੁਆਚ ਜਾਣੀ ਆ, ਕਿਉਂਕਿ ਹਾਲੇ ਵੀ ਜਦੋਂ ਆਪਾਂ ਡਿਜੀਟਲਾਈਜ਼ ਕਰ ਦਿੰਦੇ ਹਾਂ ਪਰ ਕਈ ਜਿਹੜੀਆਂ ਚੀਜ਼ਾਂ ਉਹਨਾਂ ਦਾ ਸਤਿਕਾਰ ਆਪਾਂ ਤਾਂ ਹੀ ਕਰਦੇ ਹਾਂ ਜੋ ਫਿਜ਼ੀਕਲੀ ਫੋਰਮ 'ਚ ਆਪਣੇ ਸਾਹਮਣੇ ਆ, ਉਹ 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 ਇਦਾਂ ਹੀ ਰਹਿਣਾ ਆ ਉਹ, ਕਿਉਂਕਿ ਜਦੋਂ ਅਸੀਂ ਦੂਜੀਆਂ ਕੌਮਾਂ ਨੂੰ ਵੀ ਦੇਖਦੇ ਹਾਂ ਨਾ, ਜਦੋਂ ਉਹ ਆਪਣੀਆਂ ਚੀਜ਼ਾਂ ਆ ਜਿਹੜੀਆਂ ਪੁਰਾਣੀਆਂ ਨੇ, ਲੈਸੇ 1200 ਸਦੀ 1200 ਦੀਆਂ ਨੇ ਜਾਂ 1300 ਦੀਆਂ ਨੇ, ਉਹ ਇਦਾਂ ਨਹੀਂ ਹੈਗਾ ਕਿ ਉਹਨਾਂ ਨੇ ਡਿਜੀਟਲਾਈਜ਼ ਕਰ ਲਈਆਂ ਹੋਣ, ਉਹਨਾਂ ਚੀਜ਼ਾਂ ਦਾ ਸਤਿਕਾਰ ਘਟ ਗਿਆ। ਸੋ ਉਹ ਚੀਜ਼ਾਂ ਦਾ ਸਤਿਕਾਰ ਲਈ ਤੇ ਆਪਾਂ ਨੂੰ ਆਦਤ ਪਾਉਣ ਲਈ ਹਰੇਕ ਫੈਮਿਲੀ ਨੂੰ ਜਾਂ ਹਰੇਕ ਸ਼ਖਸ ਨੂੰ ਕੁਛ ਨਾ ਕੁਛ ਸਾਂਭਣਾ ਚਾਹੀਦਾ ਆਪਣਾ ਜਿਹੜਾ ਪੁਰਾਣਾ ਆ। ਕੈਨੇਡਾ 'ਚ ਕਿੰਨਾ ਹੋ ਰਿਹਾ ਇੰਨਾ ਨਹੀਂ ਮੈਨੂੰ ਪਤਾ, ਪਰ ਜਿੰਨਿਆਂ ਕਿੰਨਾ ਗੱਲ, ਕਿਉਂਕਿ ਜਿੱਦਾਂ ਦੀ ਤੁਹਾਡੀ ਸੁਰਤ ਹੋ ਜਾਂਦੀ ਨਾ ਉਦਾਂ ਦਾ ਰਾਹ ਹੋ ਜਾਂਦਾ ਫਿਰ। ਸੋ ਜਿੱਦਾਂ ਆਪਾਂ ਮਿਲੇ ਵੀਰ ਜੀ ਨੂੰ ਮਿਲਾਇਆ, ਇਹ ਬਾਈ ਚਾਂਸ ਨਹੀਂ ਹੋਇਆ ਇਹ ਕਿ ਆਪਾਂ ਐਵੇਂ ਮਿਲ ਗਏ, ਹੈ ਨਾ। ਸੋ ਇਹ 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 ਦਰਗਾਹੀ ਸਕੈਜੂਲ ਹੁੰਦੇ ਨੇ ਇਹ। ਸੋ ਆਈਡੀਆ ਜਿੱਦਾਂ ਮੈਂ ਸੋਚਦਾ ਨਾ ਵੀ ਆਪਾਂ ਨਹੀਂ ਆਈਡੀਏ ਨੂੰ ਫੜਦੇ ਹੈਗੇ, ਆਈਡੀਆ ਆਪਾਂ ਨੂੰ ਫੜਦਾ ਆ ਕੇ। ਸੋ ਡਿਪੈਂਡ ਆ ਵੀ ਆਈਡੀਏ ਨੇ ਆਪਾਂ ਨੂੰ ਕਿੰਨਾ ਕੁ ਫੜਨਾ ਆ। ਸੋ ਤੁਹਾਡੀ ਨਾ ਸੁਰਤ ਉੱਧਰ ਅਲਾਈਨ ਹੋ ਜਾਂਦੀ ਆ ਫਿਰ, ਔਰ ਤੁਹਾਨੂੰ ਆਪ ਹੀ ਚੀਜ਼ਾਂ ਆਮ ਮੁਹਾਰੇ ਲੱਭਣੀਆਂ ਸ਼ੁਰੂ ਹੋ ਜਾਂਦੀਆਂ ਜਾਂ ਤੁਸੀਂ ਉੱਧਰ ਦੇਖਣਾ ਸ਼ੁਰੂ ਕਰ ਦਿੰਦੇ ਹੋ। ਇੱਕ ਜਿਹੜੀ ਰੀਸੈਂਟ ਆ, ਮੈਨੂੰ ਇੰਨਾ ਨਹੀਂ ਪਤਾ ਕਿੰਨੀ ਸੱਚ ਆ ਜਾਂ ਨਹੀਂ, ਪਾਕਿਸਤਾਨ ਮੇਰੀ ਗੱਲ ਹੋ ਰਹੀ ਸੀ ਤੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਡੈਥ ਸਰਟੀਫਿਕੇਟ ਵੇਚ ਰਹੇ ਨੇ ਜਿਹੜਾ ਕਰਨਲ ਵੇਡ ਮਾਰਟਨ ਨੇ ਸਾਈਨ ਕੀਤਾ ਹੋਇਆ। ਸੋ ਮੇਰੇ ਲਈ ਬੜੀ ਜਿੱਦਾਂ ਇਹ ਅਨੋਖੀ ਸੀਗੀ, ਥੋੜੀ ਇਨਸਲਟਿੰਗ ਗੱਲ ਵੀ ਸੀਗੀ ਕਿ ਇੱਕ ਦੂਜੇ ਥਾਂ ਤੋਂ ਬੰਦਾ ਆ ਕੇ ਉਹ ਸਾਈਨ ਕਰ ਰਿਹਾ ਔਰ ਡੈਥ ਸਰਟੀਫਿਕੇਟ ਮਹਾਰਾਜਾ ਰਣਜੀਤ ਸਿੰਘ ਦਾ। ਪਰ ਉਹ ਮੈਨੂੰ ਹਾਲੇ ਉਹ ਉਹਦੇ ਨਾਲ ਗੱਲ ਚੱਲ ਰਹੀ ਹੈ, ਮੈਨੂੰ ਪਤਾ ਨਹੀਂ ਹੈਗਾ ਕਿ ਕਿੰਨਾ ਸੱਚ ਹੈ ਉਹ ਤੇ ਕਿੰਨਾ ਨਹੀਂ ਹੈਗਾ। ਪਰ ਜੇ ਉਹਦੀ ਕੋਈ ਤਸਵੀਰ ਮਿਲੀ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਫਿਰ, ਹਾਲੇ ਮੈਨੂੰ ਇਦਾਂ ਨਹੀਂ ਪਤਾ ਵੀ ਉਹ ਸਹੀ ਹੈ ਗੱਲ ਕਿ ਨਹੀਂ ਸਹੀ ਹਾਲੇ ਨਾ। ਸੋ ਇਹ ਵੈਸੇ ਬੜੀ ਇੰਟਰਸਟਿੰਗ ਗੱਲ ਆ, ਔਰ ਇਦਾਂ ਦੇ ਹੋਰ ਬਹੁਤ ਸਾਰੇ ਇੰਸੀਡੈਂਟ ਆ ਜੀ ਜਿਹੜੇ ਜੀ ਸਾਡੇ ਸਾਹਮਣੇ ਆਉਂਦੇ ਆ। ਮੈਨੂੰ ਤਾਂ ਇਸ ਗੱਲ ਦੀ ਜਿਹੜੀ ਹੈ ਨਾ ਖੁਸ਼ੀ ਕਹਿ ਲਓ ਇੱਕ ਤਰੀਕੇ ਨਾਲ, ਕਿ ਜਿਹੜੇ ਤੁਹਾਡੇ ਵਰਗੇ ਬੰਦੇ ਆ ਇੰਡੀਵਿਜੁਅਲ ਤੌਰ 'ਤੇ ਕੰਮ ਕਰ ਰਹੇ ਆ, ਵਰਨਾ ਇਹ ਕੰਮ ਸਰਕਾਰਾਂ ਦੇ ਅਤੇ ਯੂਨੀਵਰਸਿਟੀਆਂ ਦੇ ਅਤੇ ਉਹਦੇ ਜਦੋਂ ਉਹ ਅਦਾਰੇ ਜਿਹਨੂੰ ਪੰਜਾਬੀ 'ਚ ਕਹਿੰਦੇ ਠੁੱਸ ਹੋ ਰਹੇ ਆ, ਅਤੇ ਅਸੀਂ ਲੋਕਾਂ 'ਤੇ ਛੇ ਜਿਹੜੀ ਆਮ ਬੰਦੇ 'ਚ ਜਾਗਰੂਕਤਾ ਆਉਣੀ ਬਹੁਤ ਜ਼ਰੂਰੀ ਹੈ। ਆ ਉਹ ਜਿਹੜੇ ਭਾਵੇਂ ਆਮ ਬੰਦਾ, ਭਾਵੇਂ ਆਮ ਲੇਖਕ ਆ, ਭਾਵੇਂ ਆਮ ਚਿੰਤਕ ਆ, ਭਾਵੇਂ ਆਮ ਸੋਚਣ ਵਾਲਾ ਆ, ਉਹ ਸਾਡੇ ਲੋਕਾਂ 'ਚ ਇਹ ਜਦੋਂ ਚੇਤਨਾ ਆ ਰਹੀ ਹੈ, ਦਿਸ ਇਜ਼ ਵੈਰੀ ਪੋਜ਼ਿਟਿਵ ਸਾਈਨ। ਯੂ ਸੀ, ਇਹ ਮੈਨੂੰ ਦਵਿੰਦਰ ਪਾਲ ਹੋਰਾਂ ਦਾ ਇੱਕ ਇਹਨਾਂ ਨਾਲ ਮੇਰੀ ਗੱਲ ਹੋਈ ਤਾਂ ਮੈਨੂੰ ਪਤਾ ਲੱਗਾ ਸੀ ਕਿ
ਇਹ ਕੰਮ ਬਹੁਤਾ ਜਿਹਾ ਪੰਜਾਬੀ ਵਾਲੇ ਕਰਦੇ ਆ, ਜਿੱਦਾਂ ਪੰਜਾਬੀ PhD ਕੀਤੀਆਂ ਜਿਨ੍ਹਾਂ ਨੇ, ਪਰ ਇਹਨਾਂ ਦਾ ਫੀਲਡ ਵੀ ਫਿਜ਼ਿਕਸ ਫਿਜ਼ਿਕਸ ਤੋਂ। ਤੁਹਾਡਾ ਦਵਿੰਦਰਪਾਲ ਜੀ, ਤੁਹਾਡੀ ਬੈਕਗ੍ਰਾਉਂਡ ਕੀ ਹੈ? ਇਕਨੋਮਿਕਸ ਪੜ੍ਹੀ ਹੈ ਜੀ, ਜਿੰਨੀ ਕੁ ਪੜ੍ਹ ਸਕੇ। ਅੱਛਾ, ਇਕਨੋਮਿਕਸ ਤੁਹਾਡਾ ਫੀਲਡ ਹੈ। ਫਿਜ਼ਿਕਸ ਨਹੀਂ ਪੜ੍ਹੀ ਹੈ। ਦੇਖੋ, ਇਹਦੇ ਵਿੱਚ ਇੱਕ ਕੁਐਸਚਨ ਬੜੇ ਸੁੱਤੇ ਸਿੱਧਾ ਆ ਜਾਂਦਾ, ਤੁਸੀਂ ਬੰਦੇ ਇਕਨੋਮਿਕਸ ਦੇ ਆ, ਅਤੇ ਇਹ ਵੈਸੇ ਤਾਂ ਇਹਦਾ ਕੋਈ ਸਬਜੈਕਟਸ ਨਾਲ ਤਲਕ ਨਹੀਂ ਆ। ਬੜੇ ਬੜੇ ਰਾਈਟਰ ਵੀ ਇੰਜੀਨੀਅਰ ਹੋਏ ਆ, ਡਾਕਟਰ ਹੋਏ ਆ, ਅਤੇ ਸਾਇੰਟਿਸਟ ਵੀ ਹੋਏ ਆ, ਪਰ ਤੁਸੀਂ ਕਿਉਂਕਿ ਇਕਨੋਮਿਕਸ ਦੇ ਬੰਦੇ ਆ, ਕੀ ਤੁਹਾਡਾ ਇਹਦੇ 'ਚ ਕੋਈ ਇਸ ਤਰ੍ਹਾਂ ਦਾ ਪਰਪਸ ਵੀ ਆ ਕਿ ਇਹਨੂੰ ਇਕਨੋਮਿਕਲੀ? ਸ਼ੁਰੂ ਸ਼ੁਰੂ ਦੇ ਵਿੱਚ ਮੈਂ ਇੱਕ ਗੱਲ ਕਹੀ ਸੀਗੀ ਤੁਹਾਨੂੰ ਕਿ ਬੜੀਆਂ ਸਾਰੀਆਂ ਚੀਜ਼ਾਂ ਨਾ ਜ਼ਿੰਦਗੀ 'ਚ ਵੈਸੇ ਹੀ ਨਾਲ ਚੱਲਦੀਆਂ ਹੁੰਦੀਆਂ, ਜੀ ਜਿਹੜੀਆਂ ਸਾਨੂੰ ਉਦੋਂ ਨਹੀਂ ਸਮਝ ਹੁੰਦੀ ਕਿ ਕਿਉਂ ਚੱਲ ਰਹੀਆਂ, ਪਰ ਉਹ ਕਿਸੇ ਜ਼ਿੰਦਗੀ ਦੇ ਕਿਸੇ ਮੋੜ ਤੇ ਆ ਕੇ ਸਮਝ ਲੱਗਦਾ ਹੈ ਕਿ ਪਿੱਛੇ 10 ਵਾਰੀ ਜ਼ਿੰਦਗੀ ਵਿੱਚ ਜਿਹੜੇ ਉਹ ਮੋੜ ਆਏ ਸੀਗੇ ਉਹਨਾਂ ਦਾ ਕੀ ਪਰਪਸ ਸੀਗਾ। ਹੈ ਨਾ, ਜਿਵੇਂ ਮੈਂ 6ਵੀਂ ਵਿੱਚ ਸੀਗਾ ਤੇ ਮੈਂ ਉਦੋਂ ਤੋਂ ਅਖਬਾਰ ਪੜ੍ਹਦਾ ਹੈਗਾ, ਉਦੋਂ ਮੈਂ ਅਖਬਾਰ ਪੜ੍ਹਨੀ ਸ਼ੁਰੂ ਕਰ ਦਿੱਤੀ ਸੀਗੀ, ਤੇ ਬੜੀ ਵਾਰੀ ਅਖਬਾਰ 'ਚ ਉਹੋ ਜਿਹੀਆਂ ਖਬਰਾਂ ਹੁੰਦੀਆਂ ਸੀਗੀਆਂ ਜਿਹੜੀਆਂ ਪੜ੍ਹ ਕੇ ਲੱਗਦਾ ਸੀਗਾ ਕਿ ਇਹ ਤਾਂ ਹਿਸਟੋਰੀਕਲ ਹੈਗੀਆਂ, ਇਹ ਤਾਂ ਹਿਸਟਰੀ ਹੈ, ਤੇ ਇਹ ਮੈਨੂੰ ਫਿਕਰ ਇਹ ਹੁੰਦੀ ਸੀਗੀ ਕਿ ਮੇਰੇ ਬੱਚੇ ਕਿਵੇਂ ਪੜ੍ਹਨਗੇ। ਹੈ ਨਾ, ਹਾਲੇ ਮੈਂ 6ਵੀਂ 'ਚ ਪੜ੍ਹਦਾ ਉਦੋਂ, ਪਰ ਉਹ ਅਖਬਾਰ ਪੜ੍ਹ ਕੇ ਮੈਨੂੰ ਹੁੰਦਾ ਸੀਗਾ ਕਿ ਮੈਂ ਆਪਣੇ ਬੱਚਿਆਂ ਨੂੰ ਪੜ੍ਹਾਉਣੀ ਹੈਗੀ ਹੈ, ਉਹ ਕਿਵੇਂ ਪੜ੍ਹਨਗੇ ਇਹਨੂੰ, ਸੋ ਅਖਬਾਰ ਨੂੰ ਕਿਵੇਂ ਸਾਂਭ ਕੇ ਰੱਖਣਾ ਹੈ ਮੈਨੂੰ ਨਹੀਂ ਆਉਂਦਾ ਸੀ, ਤੇ ਸਾਡਾ ਛੋਟਾ ਜਿਹਾ ਘਰ ਸੀਗਾ, ਮੈਂ ਅਖਬਾਰ ਸਾਂਭ ਕੇ ਰੱਖ ਵੀ ਨਹੀਂ ਸੀ ਸਕਦਾ। ਹੈ ਨਾ, ਫੇਰ ਇੱਕ ਦਿਨ ਮੇ ਬੀ ਸਾਲ 1.5 ਸਾਲ ਬਾਅਦ ਇੱਕ ਵਾਰੀ ਡੈਡੀ ਨੇ ਮੈਨੂੰ ਕਿਹਾ ਕਿ ਦਵਿੰਦਰ ਉਹ 15 ਦਿਨ ਪਹਿਲੇ ਨਾ ਫਲਾਣੀ ਉਸ ਦਿਨ ਦੀ ਅਖਬਾਰ ਦੇ ਵਿੱਚ ਉਹ ਫਲਾਣੀ ਖਬਰ ਸੀਗੀ, ਉਹ ਮੈਨੂੰ ਚਾਹੀਦੀ ਹੈਗੀ ਹੈ, ਤੇ ਉਹਦੀ ਕਟਿੰਗ ਕੱਟ ਕੇ ਰੱਖ ਲਈ। ਸੋ ਦੈਟ ਸਟਰਕ ਮੀ ਕਿ ਕਟਿੰਗ ਕੱਟ ਕੇ ਰੱਖੀ ਜਾ ਸਕਦੀ ਹੈਗੀ ਹੈ, ਉਸ ਤੋਂ ਪਹਿਲਾਂ ਨਹੀਂ, ਮੈਨੂੰ ਆਪੇ ਨਹੀਂ ਆਈਡੀਆ ਆਇਆ ਉਹ, ਸੋ ਉਹ ਕੁਦਰਤ ਵੱਲੋਂ ਆਇਆ, ਉਹ ਇਸ਼ਾਰਾ ਕੁਦਰਤ ਨੇ ਭੇਜਿਆ ਮੈਨੂੰ। ਡੈਡੀ ਆਪੇ ਵੀ ਤਾਂ ਕੱਟ ਸਕਦੇ ਸੀਗੇ ਨਾ, ਯੈਸ, ਉਹਨਾਂ ਨੂੰ ਵੀ 15 ਦਿਨਾਂ ਬਾਅਦ ਧਿਆਨ ਆਇਆ ਕਿ ਉਸ ਦਿਨ ਖਬਰ ਆਈ ਸੀ ਤੇ ਮੈਨੂੰ ਚਾਹੀਦੀ ਹੈ। ਸੋ ਉਸ ਤੋਂ ਬਾਅਦ ਮੈਂ ਕਟਿੰਗਸ ਕੱਟਣੀਆਂ ਸ਼ੁਰੂ ਕੀਤੀਆਂ, ਤੇ ਮੇਰੇ ਕੋਲ ਕਰੀਬ ਕਰੀਬ ਅਗਲੇ 10-12 ਸਾਲਾਂ ਦੇ ਵਿੱਚ 2 ਲੱਖ ਤੋਂ ਵੱਧ ਕਟਿੰਗਸ ਮੈਂ ਕੱਟ ਕੇ ਸਾਂਭ ਲਈਆਂ। ਹਾਲਾਂਕਿ ਬਾਅਦ 'ਚ ਮੈਨੂੰ ਇਹ ਵੀ ਲੱਗਿਆ ਕਿ ਮੈਂ ਕਿਉਂ ਸਾਂਭ ਰਿਹਾ, ਇੱਕ ਟਾਈਮ ਉਹ ਵੀ ਆਇਆ, ਪਰ ਫੇਰ ਹੋਰ ਅੱਗੇ ਚੱਲੇ ਤੇ ਉਹਨਾਂ ਕਟਿੰਗਸ ਦੀ ਸਕਾਲਰਸ ਨੂੰ ਰਿਸਰਚਰਸ ਨੂੰ ਲੋੜ ਪੈਣ ਲੱਗ ਗਈ, ਤਾਂ ਮੈਨੂੰ ਪਤਾ ਲੱਗਿਆ ਕਿ ਹੋਰਾਂ ਕੋਲ ਹੈ ਹੀ ਨਹੀਂ ਹੈ, ਇਹ ਹੈਗੀਆਂ ਹੀ ਸਿਰਫ ਮੇਰੇ ਕੋਲ ਹੈ, ਹੋਰ ਕਿਸੇ ਨੇ ਸਾਂਭੀਆਂ ਹੀ ਨਹੀਂ ਇੰਨੀ ਵੱਡੀ ਗਿਣਤੀ ਦੇ ਵਿੱਚ। ਯੈਸ, ਹੈ ਨਾ, ਲੋਕਾਂ ਕੋਲ 7 ਸਾਲ 2-2 ਸਾਲ ਦੀਆਂ ਬਥੇਰਿਆਂ ਕੋਲ ਸੀਗੀਆਂ, ਬਟ ਇੱਕੋ ਜਗ੍ਹਾ ਤੇ ਇੰਨੀ ਵੱਡੀ ਕੁਆਂਟਿਟੀ ਵਿੱਚ ਨਹੀਂ ਸੀਗੀਆਂ, ਉਹ ਵੀ ਫਿਰ ਵੇਰੀਅਸ ਸੋਰਸਿਸ ਤੋਂ, ਉਸ ਵੇਲੇ ਦੇ ਸਾਰੇ ਰਸਾਲੇ, ਉਹਨਾਂ ਉਹਨਾਂ ਪੀਰੀਅਡ ਦੇ ਰਸਾਲੇ ਸਾਰੇ, ਵੱਖਰੀਆਂ ਵੱਖਰੀਆਂ ਥਾਵਾਂ ਤੋਂ ਛਪਣ ਵਾਲੇ ਰਸਾਲੇ, ਸੋ ਉਹ ਇੰਟੈਂਸ਼ਨਲ ਨਹੀਂ ਹੋ ਰਿਹਾ ਸੀਗਾ, ਉਹ ਤੇ ਸਿਰਫ ਇਸ ਲਈ ਹੋ ਰਿਹਾ ਸੀਗਾ ਕਿ ਮੇਰੀ ਅਗਲੀ ਜਨਰੇਸ਼ਨ ਕੋਲ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਪੜ੍ਹ ਸਕਣ। ਸੋ ਉਹ ਕੁਦਰਤ ਵੱਲੋਂ ਚੱਲ ਰਿਹਾ ਸੀਗਾ। ਹੈ ਨਾ, ਫਿਰ ਇੱਕ ਵਾਰੀ 1991-92 ਦੀ ਗੱਲ ਹੈਗੀ ਹੈ, ਕਿਤੇ ਫਲੱਡਿੰਗ ਹੋ ਗਈ ਤੇ ਆਈ ਵਾਜ਼ ਟ੍ਰੈਪਡ ਦੇਅਰ ਫੋਰ ਅ ਵੀਕ। ਹੈ ਨਾ, ਉਹ ਬਾਈ ਚਾਂਸ ਮੈਂ ਇਕੱਲਾ ਸੀਗਾ ਉਸ ਜਗ੍ਹਾ ਤੇ, ਸਮਝੋ ਇੱਕ ਮੈਂ ਫਾਰਮ ਹਾਊਸ ਤੇ ਸੀਗਾ, ਤੇ ਮੇਰੇ ਆਸ ਪਾਸ 1/2 ਕਿਲੋਮੀਟਰ ਦੇ ਰੇਡੀਅਸ ਵਿੱਚ ਸਾਰੇ ਪਾਸੇ ਪਾਣੀ ਸੀਗਾ, ਸਿਰਫ ਮੇਰੀ ਜਗ੍ਹਾ ਤੇ ਪਾਣੀ ਨਹੀਂ ਸੀਗਾ, ਤੇ ਹਫ਼ਤਾ ਮੈਂ ਹੁਣ ਉੱਥੇ ਬੈਠਾ ਇਹ ਸੋਚ ਰਿਹਾ ਸੀਗਾ ਕਿ ਬੰਦਿਆਂ ਦੀ ਗਿਣਤੀ ਵੀ ਹੋ ਜਾਏਗੀ ਜਿਹੜੇ ਚਲੇ ਗਏ ਹੋਣਗੇ। ਹੈ ਨਾ, ਮਕਾਨ ਡਿੱਗ ਗਏ ਉਹਨਾਂ ਦੀ ਗਿਣਤੀ ਵੀ ਹੋ ਜਾਏਗੀ, ਡੰਗਰ ਰੁੜ ਗਏ ਉਹਨਾਂ ਦੀ ਗਿਣਤੀ ਵੀ ਹੋ ਜਾਏਗੀ, ਪਰ ਜਿਹੜੀਆਂ ਕਿਤਾਬਾਂ ਸੜ ਗਈਆਂ ਹੋਣਗੀਆਂ, ਰੁੜ ਗਈਆਂ ਹੋਣਗੀਆਂ, ਗਲ ਗਈਆਂ ਹੋਣਗੀਆਂ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਖਰਾਬ ਹੋ ਗਏ ਹੋਣਗੇ, ਉਹਨਾਂ ਦੀ ਗਿਣਤੀ ਤਾਂ ਕਦੀ ਪਤਾ ਹੀ ਨਹੀਂ ਲੱਗਣੀ, ਕਿਉਂਕਿ ਉਸ ਤੋਂ ਪਹਿਲਾਂ ਆਪਾਂ ਸੁਣਿਆ ਸੀਗਾ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ 1984 ਵਿੱਚ ਸੜ ਗਈ ਸੀਗੀ, ਤੇ ਉਹ ਚੀਜ਼ ਦਿਮਾਗ ਵਿੱਚ ਸੀਗੀ, ਤੇ ਹੁਣ ਜਿੰਨਾ ਕੁ ਨੁਕਸਾਨ ਅੱਗ ਕਰਦੀ ਆ ਉਨਾ ਕੁ ਨੁਕਸਾਨ ਪਾਣੀ ਵੀ ਕਰਦਾ ਹੀ ਹੈ ਨਾ, ਤਾਂ ਮੈਨੂੰ ਉਹ ਲੱਗ ਰਿਹਾ ਸੀਗਾ ਕਿ ਹੁਣ ਲਾਇਬ੍ਰੇਰੀਜ਼ ਵੀ ਬੜੀਆਂ ਹੋਰ ਰੁੜ ਗਈਆਂ ਹੋਣਗੀਆਂ ਹੜਾਂ ਦੇ ਵਿੱਚ, ਸੋ ਇਹ ਚੀਜ਼ਾਂ ਕੁਦਰਤ ਵਜੋਂ ਨਾਲ ਚੱਲ ਪਈਆਂ ਸੀਗੀਆਂ। ਐਵੇਂ ਦੇ ਹੋਰ ਬੜੇ ਸਾਰੇ ਇੰਸੀਡੈਂਟ ਸੀਗੇ। ਮੇਰਾ ਮਤਲਬ, ਚਲੋ ਇਸ ਗੱਲ ਜਦੋਂ ਅਸੀਂ ਕੰਪਿਊਟਰ ਨੂੰ ਦੇਖਿਆ, ਜਦੋਂ ਅਸੀਂ ਕੰਪਿਊਟਰ ਨੂੰ ਦੇਖਿਆ ਤਾਂ ਉਦੋਂ ਇਹ ਕੁਦਰਤ ਵੱਲੋਂ ਹੀ ਧਿਆਨ ਚ ਆਇਆ ਕਿ ਕੰਪਿਊਟਰ ਦੇ ਵਿੱਚ ਚੀਜ਼ਾਂ ਨੂੰ ਸਾਂਭਿਆ ਜਾ ਸਕਦਾ ਹੈਗਾ, ਅਸੀਂ ਕੰਪਿਊਟਰ ਦੇ ਵਿੱਚ ਇੱਕ ਕਾਪੀ ਸਾਂਭ ਸਕਦੇ ਹਾਂ ਹਰ ਇੱਕ ਚੀਜ਼ ਦੀ, ਜਿਹੜੀਆਂ ਮੇਰੇ ਕੋਲ ਚੀਜ਼ਾਂ ਹੈਗੀਆਂ ਉਹਨਾਂ ਦੀ ਵੀ, ਤੇ ਜਿਹੜੀਆਂ ਹੋਰਾਂ ਕੋਲ ਪਈਆਂ ਹੋਣਗੀਆਂ ਸ਼ਾਇਦ ਉਹਨਾਂ ਦੀ ਵੀ। ਹਾਲਾਂਕਿ ਪਿਛਲੇ 20 ਸਾਲਾਂ ਦੇ ਵਿੱਚ ਜਿਹੜੀਆਂ
ਮੇਰੀਆਂ ਇਕੱਠੀਆਂ ਕੀਤੀਆਂ ਹੋਈਆਂ ਚੀਜ਼ਾਂ ਸੀਗੀਆਂ, ਅੱਜ ਤੱਕ ਉਹਨਾਂ ਦੀ ਡਿਜੀਟਾਈਜੇਸ਼ਨ ਦੀ ਵਾਰੀ ਨਹੀਂ ਆਈ। 50 ਮਿਲੀਅਨ ਪੇਜ ਹੋਰ ਹੋ ਗਏ, ਪਰ ਜਿਹੜੀਆਂ ਚੀਜ਼ਾਂ ਮੇਰੇ ਕੋਲ ਸੀਗੀਆਂ ਉਹ ਨਹੀਂ ਡਿਜੀਟਾਈਜ਼ ਹੋਈਆਂ, ਕਿਉਂਕਿ ਫਿਰ ਫਿਕਰਾਂ ਹੋਰ ਵੱਡੀਆਂ ਹੋ ਜਾਂਦੀਆਂ ਹੈਗੀਆਂ, हाँ ਜ਼ਰੂਰਤਾਂ ਹੋਰ ਵੱਡੀਆਂ ਹੋ ਜਾਂਦੀਆਂ ਆਰਗੇਨਾਈਜੇਸ਼ਨ ਦੀਆਂ। ਉਹ ਮੈਂ ਇਹੀ ਗੱਲ ਮੇਰੇ ਅੰਦਰ ਆਉਂਦੀ ਸੀ ਕਿ ਜੇ ਜ਼ਰੂਰਤਾਂ ਵੱਡੀਆਂ ਹੋ ਜਾਂਦੀਆਂ ਤਾਂ ਉਹਦੇ ਖਰਚੇ ਜਾਂ ਉਹਦੀ ਜਿਹੜੀ ਇਹ ਇਨਵੈਸਟਮੈਂਟ, ਇੱਕ ਬੰਦੇ ਨਾਲ ਮੈਂ ਗੱਲ ਕੀਤੀ ਤੇ ਉਹ ਕਹਿੰਦਾ ਇਹ ਉਹਨਾਂ ਦਾ ਬਹੁਤ ਵੱਡਾ ਇਕਨੋਮਿਕਲੀ ਗੇਨ ਦਾ ਵੀ ਸਾਧਨ ਆ, ਕੀ ਹਰਜਾ ਜੇ ਇਸ ਤਰ੍ਹਾਂ ਹੋ ਜਾਏ, ਤੁਹਾਡਾ ਇਸ ਤਰ੍ਹਾਂ ਦਾ ਬਣਦਾ ਉਹਦੇ 'ਚ ਐਟੀਚਿਊਡ ਤੁਹਾਡਾ, ਜਾਂ ਕੋਈ ਤੁਹਾਨੂੰ ਸੰਭਾਵਨਾ ਇੱਦਾਂ ਹੀ ਦੀਦੀ ਹੈ? ਅਸੀਂ ਪ੍ਰੋਜੈਕਟ ਸ਼ੁਰੂ ਕੀਤਾ, ਸਾਡਾ ਪਹਿਲੇ 2 ਸਾਲ ਬਜਟ ਸੀਗਾ 10,000 ਰੁਪਏ ਪਰ ਮੰਥ। ਸੋ ਦੈਟ ਵਾਜ਼ ਆਰ ਮਿਸ਼ਨ ਕਿ ਅਸੀਂ 10,000 ਰੁਪਏ ਆਪਣੇ ਕੋਲੋਂ ਖਰਚਦੇ ਰਹਾਂਗੇ ਸਾਰੀ ਉਮਰ, ਇੰਨੇ ਕੁ ਆਪਾਂ ਖਰਚਣ ਜੋਗੇ ਹੈਗੇ ਹਾਂ ਅੱਛਾ ਤੇ ਅਸੀਂ ਇਹਨੂੰ ਸਾਰੀ ਉਮਰ ਕਰਦੇ ਰਹਾਂਗੇ। ਪਰ 2 ਸਾਲਾਂ ਬਾਅਦ ਸਮਝ ਲੱਗਿਆ ਕਿ ਨਹੀਂ, 10,000 ਘੱਟ ਹੈਗੇ ਆ। ਸੋ ਪਰਿਵਾਰ ਨੂੰ, ਦੋਸਤਾਂ ਨੂੰ ਅਪਰੋਚ ਕੀਤਾ ਕਿ 10,000 ਘੱਟ ਹੁੰਦੇ ਹੈਗੇ ਆ, 25,000 ਰੁਪਏ ਹੋਣੇ ਚਾਹੀਦੇ ਹੈਗੇ ਆ, ਇੰਨਾ ਕੁ ਬਜਟ ਠੀਕ ਹੈਗਾ। ਸੋ ਅਗਲੇ 2 ਸਾਲ 25,000 ਰੁਪਏ ਨਾਲ ਪ੍ਰੋਜੈਕਟ ਕੀਤਾ। ਫਿਰ 4 ਸਾਲ ਮੈਂ ਪ੍ਰੋਜੈਕਟ ਨੂੰ, ਮੈਂ ਪੂਰੀ ਦੁਨੀਆ ਦੇ ਲਗਭਗ ਉਸ ਵੇਲੇ ਦੇ ਸਾਰੇ ਪ੍ਰੋਜੈਕਟ ਸਟੱਡੀ ਕਰ ਚੁੱਕਾ ਸੀਗਾ ਕਿ ਦੁਨੀਆ ਵਿੱਚ ਕਿੱਥੇ ਕਿੱਥੇ ਕਿਵੇਂ ਕਿਵੇਂ ਡਿਜੀਟਾਈਜੇਸ਼ਨ ਹੋ ਰਹੀ ਹੈਗੀ ਤੇ ਸਾਡੇ ਕੋਲ ਕੀ ਹੈਗਾ, ਪੰਜਾਬ ਦੇ ਵਿੱਚ ਕੀ ਪਿਆ ਜਿਹਨੂੰ ਡਿਜੀਟਾਈਜ਼ ਕਰਨਾ ਹੈ ਨਾ। ਜਿਵੇਂ ਮੈਂ ਕਟਿੰਗਸ ਦੀ ਤੁਹਾਨੂੰ ਗੱਲ ਕਰ ਰਿਹਾ ਸੀ, ਕਟਿੰਗਸ ਡਿਜੀਟਾਈਜ਼ ਨਹੀਂ ਕੀਤੀਆਂ, ਕਿਉਂ? ਕਿਉਂਕਿ ਸਮਝ ਆ ਗਈ ਵੀ ਕਟਿੰਗਸ ਨੂੰ ਡਿਜੀਟਾਈਜ਼ ਕਰਨ ਦੀ ਲੋੜ ਨਹੀਂ ਹੈਗੀ, ਪੂਰੀ ਅਖਬਾਰ ਨੂੰ ਹੀ ਡਿਜੀਟਾਈਜ਼ ਕਰਨ ਦੀ ਲੋੜ ਹੈਗੀ ਹੈ। ਸੋ ਜਦੋਂ ਕਰਾਂਗੇ ਪੂਰਾ ਅਖਬਾਰ ਡਿਜੀਟਾਈਜ਼ ਕਰਾਂਗੇ, ਕਟਿੰਗਸ ਨੂੰ ਛੱਡੋ। ਸੋ ਉਵੇਂ ਸਮਝ ਵੀ ਵਧਦੀ ਗਈ ਸਾਡੀ। ਸੋ 2007 ਔਨਵਰਡਸ ਅਸੀਂ ਫਿਰ ਐਕਸਪੈਂਡ ਕਰਨਾ ਸ਼ੁਰੂ ਕੀਤਾ ਤੇ ਅਸੀਂ ਡੋਨੇਸ਼ਨਸ ਇਨਵਾਈਟ ਕਰਨੀਆਂ ਸ਼ੁਰੂ ਕੀਤੀਆਂ। ਪਰ ਇਹ ਸਾਡਾ ਪਹਿਲੇ ਦਿਨ ਤੋਂ ਨਿਸ਼ਚਾ ਹੈਗਾ ਕਿ ਜਿਹੜਾ ਡਿਜੀਟਲ ਡਾਕੂਮੈਂਟਸ ਦਾ ਐਕਸੈਸ ਹੈਗਾ ਉਹ ਹਮੇਸ਼ਾ ਫ੍ਰੀ ਰਹੇਗਾ। ਅੱਛਾ, ਵੀ ਅਸੀਂ ਜੇ ਤੁਹਾਡੇ ਰਹੀਏ ਕੋਲੋਂ ਭਾਵੇਂ ਕੋਈ ਨਾ ਲੈਣਾ ਰਹੀਏ, ਚਾਹੁੰਦਾ ਤਾਂ ਉਹ ਫ੍ਰੀ ਹੋਏਗਾ। ਐਕਸੈਸ ਫ੍ਰੀ ਹੋਏਗਾ, ਓਕੇ, ਕਿਸੇ ਨੂੰ ਐਕਸੈਸ ਦੇ ਚਾਰजेस ਨਹੀਂ ਹੋਣਗੇ। ਐਕਸੈਸ ਮੀਨਸ ਕਿਸੇ ਪੰਜਾਬੀ ਨੇ ਚ? ਹਾਂ ਡਾਕੂਮੈਂਟ ਦੇਖਣੇ ਆ ਨਾ, ਕਿਸੇ ਸਕਾਲਰ ਨੇ ਮੈਨੂਸਕ੍ਰਿਪਟਸ ਦੇਖਣੀ ਹੈ, ਕਿਤਾਬਾਂ ਪੜ੍ਹਨੀਆਂ ਹੈ। ਓਕੇ, ਸੋ ਪੜ੍ਹਨ ਦੇ ਪੜ੍ਹਨਾ ਇਜ਼ ਆਲਵੇਜ਼ ਫ੍ਰੀ, ਉਹ ਭਾਵੇਂ ਉਹ ਅਸੀਂ ਆਰਗੇਨਾਈਜੇਸ਼ਨ ਦੇ ਪੱਕੇ ਰਿਕਾਰਡਸ ਦੇ ਵਿੱਚ ਮੈਂਸ਼ਨ ਕਰ ਦਿੱਤਾ ਹੋ ਕਿ ਕੱਲ ਨੂੰ ਇਹ ਨਾ ਹੋਏ ਕਿ ਅਸੀਂ ਨਾ ਹੋਈਏ, ਸਾਡੇ ਤੋਂ ਮਗਰੋਂ ਕੋਈ ਹੋਰ ਆਰਗੇਨਾਈਜੇਸ਼ਨ ਨੂੰ ਰਨ ਕਰ ਰਹੇ ਹੋਣ ਤੇ ਉਹ ਚਾਰਜ ਕਰਨਾ ਸ਼ੁਰੂ ਕਰ ਦੇਣ। ਜਿੱਦਾਂ ਸੋ ਕੋਈ ਸਰਚ ਐਕਸੈਸ, ਸਕਾਲਰ ਆ ਜਾਂ ਕੋਈ ਉਧਰ ਰਿਸਰਚ ਕਰਨੀ ਚਾਹੁੰਦਾ, ਉਹਨੂੰ ਤੁਸੀਂ ਇਹ ਸਹੂਲਤ ਦਿੰਦੇ ਹੋ ਵੀ ਤੂੰ ਭਾਈ ਇਹ ਦੇਖ ਲੈ ਸਾਡੇ ਕੋਲ ਪਏ ਆ ਖੜੇ? ਹਾਂਜੀ ਹਾਂਜੀ, ਐਕਸੈਸ ਤੇ ਹਮੇਸ਼ਾ ਤੋਂ ਪਹਿਲੇ ਦਿਨ ਤੋਂ ਹੈਗਾ। ਜਿਹੜੀ ਹੁਣ 2009 ਦੇ ਵਿੱਚ ਅਸੀਂ ਡਿਜੀਟਲ ਲਾਇਬ੍ਰੇਰੀ ਆਨਲਾਈਨ ਕਰ ਦਿੱਤੀ ਸੀਗੀ, ਉਸ ਵੇਲੇ ਉਹ ਸਾਊਥ ਏਸ਼ੀਆ ਦੀ ਪਹਿਲੀ ਡਿਜੀਟਲ ਲਾਇਬ੍ਰੇਰੀ ਸੀ ਜਿਹੜੀ ਕਿਤਾਬਾਂ, ਮੈਨੂਸਕ੍ਰਿਪਟਸ, ਨਿਊਜ਼ਪੇਪਰ, ਮੈਗਜ਼ੀਨਸ ਤੇ ਫੋਟੋਗ੍ਰਾਫਸ ਇੱਕੋ ਜਗ੍ਹਾ ਤੇ ਪ੍ਰੋਵਾਈਡ ਕਰਾ ਰਹੀ ਸੀ। ਮਤਲਬ ਕੱਲੇ ਪੰਜਾਬ ਦੀ ਜਾਂ ਇੰਡੀਆ ਦੀ ਨਹੀਂ ਸੀਗੀ, ਉਹ ਪੂਰੇ ਸਾਊਥ ਏਸ਼ੀਆ ਦੀ ਪਹਿਲੀ ਡਿਜੀਟਲ ਲਾਇਬ੍ਰੇਰੀ ਸੀਗੀ। ਤੇ ਉਹ ਬਿਕੋਜ਼ ਆਫ ਵੇਰੀਅਸ ਰੀਜ਼ਨਸ ਅਸੀਂ ਉਸ ਤੇ ਬਹੁਤ ਸਾਰੇ ਡਾਕੂਮੈਂਟਸ ਨਹੀਂ ਪਾਏ ਹਲੇ, ਪਰ ਉਹ ਅੱਛਾ, ਸਾਰੇ ਡਾਕੂਮੈਂਟਸ ਸਾਡੀ ਲਾਇਬ੍ਰੇਰੀ ਦੇ ਵਿੱਚ, ਸਾਡੇ ਆਫਿਸ 'ਚ ਆ ਕੇ ਕੋਈ ਵੀ ਕਦੀ ਵੀ ਦੇਖ ਸਕਦਾ ਤੇ ਬੜੇ ਲੋਕ ਦੇਖਦੇ ਆ ਰੋਜ਼ ਆ ਕੇ। ਰਾਈਟ, ਔਨ ਦੀ ਐਵਰੀਥਿੰਗ ਇਜ਼ ਕੰਟਰੀ, ਔਨ ਦੀ ਐਕਸੈਸਿਬਲ। ਕੰਟਰੀ ਰਾਜ ਭੰਡਾਲ ਹੋਰਾਂ ਦਾ ਮੈਂ ਜਿਹੜਾ ਮੈਨੀਫੈਸਟੋ ਇਹਨਾਂ ਦਾ ਉਹ ਕਹਿ ਲਓ ਵੀ ਇੱਕ ਥਾਂ ਦੇਖਿਆ, ਇਹਨਾਂ ਨੇ ਕਿਹਾ ਵੀ ਅਸੀਂ ਕਿਸੇ ਕੋਲੋਂ ਡੋਨੇਸ਼ਨ ਨਹੀਂ ਲੈਣੀ, ਤੇ ਤੁਸੀਂ ਰਾਜ ਜੀ ਇਸ ਕਨਸੈਪਟ ਬਾਰੇ ਕਿਵੇਂ ਮਤਲਬ ਸੋਚਦੇ ਹੋ ਵੀ ਕਿਉਂ ਨਹੀਂ ਲੈਣੀ? ਮੈਂ ਥੋੜਾ ਜਿਹਾ ਇੱਕ ਹੋਰ ਐਡ ਜੀ ਕਰਦੇ ਆ ਇਹਦੇ ਉੱਪਰ ਹੀ ਰਾਜ ਜੀ, 1 ਮਿੰਟ ਮੈਂ ਤੁਹਾਡੇ 2 ਮਿੰਟ ਲਵਾਂਗਾ ਇਹਦੇ ਵਿੱਚੋਂ ਦੀ। ਅਸੀਂ ਵੀ ਇਹੀ ਸੋਚ ਕੇ ਤੁਰੇ ਸੀਗੇ 2003 ਦੇ ਵਿੱਚ, ਹਾਂ ਹੈ ਨਾ। 2006 ਤੱਕ ਇਹੀ ਸੋਚ ਕੇ ਅਸੀਂ ਵੀ ਡੋਨੇਸ਼ਨ ਨਹੀਂ ਲੈ ਰਹੇ ਸੀਗੇ ਕਿ ਅਸੀਂ ਡੋਨੇਸ਼ਨ ਨਹੀਂ ਲੈਣੀ ਹੈਗੀ, ਪਰ ਉਹ ਓਕੇ 4 ਸਾਲਾਂ ਵਿੱਚ ਸਾਨੂੰ ਲੱਗਿਆ ਕਿ ਨਹੀਂ, ਇਹ ਇੰਨੀ ਜ਼ਿੱਦ ਵਾਲਾ ਕੰਮ ਨਹੀਂ ਹੈਗਾ, ਇਹ ਇੰਨੀਆਂ ਥੋੜੀਆਂ ਚੀਜ਼ਾਂ ਨਹੀਂ ਹੈਗੀਆਂ ਕਿ ਅਸੀਂ ਬਿਨਾਂ ਫੰਡਸ ਤੋਂ ਆਪਣੀਆਂ ਕਈ ਜ਼ਿੰਦਗੀਆਂ ਦੇ ਵਿੱਚ ਵੀ ਇਹਨੂੰ ਕਰ ਸਕੀਏ। ਸੋ ਓਕੇ ਤਾਂ ਕਰਕੇ ਅਸੀਂ 2007 ਦੇ ਵਿੱਚ ਚੇਂਜ ਕੀਤਾ ਕਿ ਨਹੀਂ, ਡੋਨੇਸ਼ਨਸ ਲੈਣੀਆਂ ਪੈਣਗੀਆਂ ਤਾਂ ਹੋਏਗਾ, ਹੈ ਨਾ। 2003 ਤੱਕ, 2003 ਤੋਂ ਲੈ ਕੇ 2006 ਤੱਕ ਉਹ 4 ਸਾਲਾਂ ਵਿੱਚ ਅਸੀਂ 3 ਆਫਿਸ ਦੇ ਵਿੱਚ ਬੈਠਣ ਵਾਲੇ ਬੰਦੇ ਸੀਗੇ, ਇੱਕ ਮੈਂ ਤੇ 2 ਹੋਰ, ਅਸੀਂ 3 ਬੰਦੇ ਸਾਰਾ ਪ੍ਰੋਜੈਕਟ ਕਰਦੇ ਸੀਗੇ। ਅੱਜ ਅਸੀਂ 80 ਬੰਦੇ ਹੈਗੇ ਹਾਂ, ਹੈ ਨਾ। ਪਹਿਲੇ ਸਾਲ ਅਸੀਂ 60,000 ਪੇਜ ਟੋਟਲ ਡਿਜੀਟਾਈਜ਼ ਕੀਤੇ ਸੀਗੇ,
2003 ਦੇ ਵਿੱਚ। ਅੱਜ ਅਸੀਂ ਇੱਕ ਦਿਨ ਵਿੱਚ 60,000 ਪੇਜ ਡਿਜੀਟਾਈਜ਼ ਕਰਦੇ ਹੈਗੇ ਆ, ਤਾਂ ਵੀ ਜਿਹੜਾ ਸਾਡਾ ਹਲੇ ਪੈਂਡਿੰਗ ਕੰਮ ਪਿਆ ਹੈਗਾ ਉਹ ਜਿਹੜਾ ਸਾਨੂੰ ਪਤਾ ਹੈ ਤੇ ਪੈਂਡਿੰਗ ਹੈ ਸਾਡੀ ਲਿਸਟ ਦੇ ਵਿੱਚ, ਸਾਨੂੰ ਉਹੀ ਕਰਨ ਨੂੰ ਹਲੇ 10 ਸਾਲ ਲੱਗਣਗੇ ਇਸ ਰਫਤਾਰ ਦੇ ਨਾਲ। ਤੇ ਉਹ ਸਾਨੂੰ ਉਹ ਲੱਗਿਆ ਉਦੋਂ ਕਿ ਇਹ ਪਬਲਿਕ ਕੰਟਰੀਬਿਊਸ਼ਨ ਦੇ ਨਾਲ ਹੀ ਹੋ ਸਕਦਾ ਹੈਗਾ, ਆਪਣੇ ਆਪ ਨਹੀਂ ਅਸੀਂ ਕਰ ਸਕਦੇ। ਪਰ ਮੇਰਾ ਮਤਲਬ ਰਾਜ ਭੰਡਾਰਾ ਹੋਣਾ ਨਾਲ ਫੇਰ ਆਈਏ ਕਿ ਤੁਸੀਂ ਇਹ ਡੋਨੇਸ਼ਨ ਨਾ ਲੈਣ ਦਾ ਜਿਹੜਾ ਸੰਕਲਪ ਆ ਇਹ ਕਿਉਂ ਬਣਾਇਆ? ਮੇਰਾ ਖਿਆਲ ਆਪਾਂ ਇੰਸਟੀਟਿਊਸ਼ਨ ਨੂੰ ਤੇ ਇੱਕ ਸਿੰਗੂਲਰ ਲੈਵਲ ਨੂੰ ਕੰਪੇਅਰ ਨਾ ਕਰੀਏ। ਹਾਂ ਉਹ ਮੈਂ ਪਹਿਲਾਂ ਹੀ ਕਹਿ ਜਦੋਂ ਚੁੱਕਾ ਕਿ ਇੰਸਟੀਟਿਊਸ਼ਨ ਇਹਦਾ ਬਣੇਗਾ ਆਫਕੋਰਸ ਉਹ ਕਿਉਂਕਿ ਉਹਦੇ ਖਰਚੇ ਵੀ ਹੋਣਗੇ, ਵੱਡਾ ਵੀ ਹੋਏਗਾ, ਉਹ ਕਾਰਜ ਵੀ ਵੱਡਾ ਹੋਏਗਾ। ਜਿੱਦਾਂ ਅਸੀਂ ਕਈ ਦਫ਼ਾ ਇੱਥੇ ਗੱਲ ਕਰ ਲੈਂਦੇ ਹਾਂ ਕਿ ਗੁਰਦੁਆਰਾ ਸਾਹਿਬ ਬਣਿਆ ਬਹੁਤ ਵੱਡਾ ਬਣਿਆ, ਉਹ ਵੀ ਵਧੀਆ ਗੱਲ ਹੈ, ਪਰ ਮੈਨੂੰ ਲੱਗਦਾ ਕਿ ਹਰ ਘਰ ਦੇ ਵਿੱਚ ਧਰਮਸਾਲ ਹੋਣੀ ਚਾਹੀਦੀ ਆ, ਇੱਦਾਂ ਹੀ ਹਰ ਘਰ ਦੇ ਵਿੱਚ ਲਾਇਬ੍ਰੇਰੀ ਹੋਣੀ ਚਾਹੀਦੀ ਆ। ਹੁਣ ਜੇ ਡਿਜੀਟਲਾਈਜੇਸ਼ਨ ਇੰਨੀ ਸੌਖੀ ਹੋ ਗਈ ਆ, ਜੇ ਉਹਨੇ ਛੋਟੇ ਲੈਵਲ ਤੇ ਕਰਨੀ ਹੋਵੇ ਉਹਦੇ ਲਈ ਸਾਰਿਆਂ ਕੋਲ ਸਕੈਨਰ ਹੈਗੇ ਨੇ, ਕੰਪਿਊਟਰ ਹੈਗੇ ਨੇ, ਫੋਨ, ਤੁਸੀਂ ਸਕੈਨ ਕਰ ਸਕਦੇ ਹੋ ਚੀਜ਼ਾਂ ਉਹਨੇ ਛੋਟੇ ਲੈਵਲ ਤੇ। ਗੱਲ ਆਦਤ ਦੀ ਹੈ, ਇਸ ਇੰਸਟੀਟਿਊਸ਼ਨ ਇਜ਼ ਗੁੱਡ ਕਿਉਂਕਿ ਉਹਦਾ ਫੈਲਾਓ ਕਾਫੀ ਹੁੰਦਾ, ਉਹਦੇ ਚੀਜ਼ਾਂ ਬਹੁਤ ਹੁੰਦੀਆਂ ਨੇ, ਪਰ ਉਹਦੇ ਨਾਲ ਆਪਾਂ ਨੂੰ ਆਮ ਆਦਤ ਨਹੀਂ ਪੈਂਦੀ ਲੋਕਾਂ ਨੂੰ, ਕਿਉਂਕਿ ਜਿਨ੍ਹਾਂ ਕੋਲ ਜਾ ਕੇ ਵੀਰ ਜੀ ਲੈ ਰਹੇ ਨੇ ਚੀਜ਼ਾਂ ਜਾਂ ਦੇਖ ਰਹੇ ਨੇ, ਉਹ ਡਿਜੀਟਲਾਈਜ਼ ਕਰ ਰਹੇ ਨੇ, ਉਹ ਬੰਦੇ ਆਪ ਨਾ ਤਾਂ ਉਹਨਾਂ ਨੂੰ ਪੜ੍ਹ ਰਹੇ ਨੇ ਨਾ ਹੀ ਉਹਨਾਂ ਨੇ ਕਦੀ ਖੋਲੀਆਂ ਹੋਣਗੀਆਂ। ਸੋ ਮੈਨੂੰ ਇਹ ਲੱਗਦਾ ਹੁੰਦਾ ਵੀ ਟੌਪ ਡਾਊਨ ਨਾਲੋਂ ਜਿਹੜੀ ਗ੍ਰੈਸ ਰੂਟ ਆ ਉਹ ਇੰਡੀਵਿਜੂਅਲ ਆ ਜਿਹੜੀ ਉਹ ਐਫਰਟ ਉਹ ਵੀ ਬਹੁਤ ਇੰਪੋਰਟੈਂਟ ਆ। ਇੰਸਟੀਟਿਊਸ਼ਨਸ ਦੀ ਆਪਣੀ ਇੰਪੋਰਟੈਂਸ ਆ, ਪਰ ਜਿਹੜੀ ਆਪਣਾ ਸੁਭਾਅ ਜਿਹੜਾ ਬਣਨਾ ਇੰਡੀਵਿਜੂਅਲੀ ਉਹਦੀ ਵੀ ਬਹੁਤ ਇੰਪੋਰਟੈਂਸ ਆ। ਉਹਨਾਂ ਸੁਭਾਵਾਂ ਵਿੱਚੋਂ ਹੀ ਇੰਸਟੀਟਿਊਸ਼ਨ ਬਣਦੇ ਨੇ, ਕਿਉਂਕਿ ਇਦਾਂ ਨਹੀਂ ਹੁੰਦਾ ਪਹਿਲਾਂ ਇੰਸਟੀਟਿਊਸ਼ਨ ਬਣੇ ਫਿਰ ਸੁਭਾਅ ਬਣੇ। ਜਿੱਦਾਂ ਵੀਰ ਜੀ ਨੇ ਦੱਸਿਆ ਕਟਿੰਗ ਇਕੱਠੀਆਂ ਕਰਦੇ ਹੁੰਦੇ ਸੀਗੇ, ਸੋ ਪਹਿਲਾਂ ਸੁਭਾਅ ਬਣਿਆ ਫਿਰ ਇੰਸਟੀਟਿਊਸ਼ਨ ਆਇਆ। ਦ ਰੀਜ਼ਨ ਵੀ ਮੈਂ ਡੋਨੇਸ਼ਨ ਨਹੀਂ ਲੈਣੀ ਕਿਸੇ ਕੋਲੋਂ, ਕਿਉਂਕਿ ਮੈਂ ਚਾਹੁੰਦਾ ਕਿ ਸਾਰਿਆਂ ਨੂੰ ਆਦਤ ਪਵੇ ਇੱਦਾਂ ਚੀਜ਼ਾਂ ਇਕੱਠੀਆਂ ਕਰਨ ਦੀਆਂ, ਆਪਣਾ ਜਿਹੜਾ ਵਿਰਸਾ ਹੈ ਉਹ ਇਕੱਠੀਆਂ ਕਰਨ। ਉਹਦੇ ਵਿੱਚ ਕੋਈ ਇੱਦਾਂ ਨਾ ਹੋਵੇ ਵੀ ਮੇਰੇ ਕੋਲ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਮੈਨੂੰ ਪਤਾ ਹੈ ਵੀ ਜਦੋਂ ਮੈਂ ਲਈਆਂ ਸੀਗੀਆਂ ਉਹਨਾਂ ਦੀ ਵੈਲਿਊ ਹੋਰ ਸੀਗੀ, ਹੁਣ ਵੈਲਿਊ ਉਹਨਾਂ ਦੀ ਕਾਫੀ ਵੱਧ ਗਈ ਆ। ਸੋ ਉਹ ਕੋਈ ਮੇਰੀ ਇੰਟੈਂਸ਼ਨ ਨਹੀਂ ਹੈਗੀ ਵੀ ਇਹਨੂੰ ਸਰਟਨ ਪੁਆਇੰਟ ਤੇ ਲਿਜਾ ਕੇ ਆਪਾਂ ਸਾਰਾ ਕੁਝ ਸੇਲ ਤੇ ਲਾ ਦੇਣਾ, ਪਰ ਇੱਕ ਮੇਰੀ ਇੰਟੈਂਸ਼ਨ ਹੈਗੀ ਆ ਵੀ ਇੱਕ ਵਾਹਿਗੁਰੂ ਦੀ ਮਿਹਰ ਜੇ ਹੋਈ ਤਾਂ ਇੱਕ ਐਗਜ਼ਾਮਪਲ ਸੈੱਟ ਹੋ ਜਾਵੇ ਵੀ ਤੁਸੀਂ ਇੰਡੀਵਿਜੂਅਲੀ ਵੀ ਕੋਈ ਚੀਜ਼ ਕਰ ਸਕਦੇ ਹੋ। ਜੇ ਜ਼ਰੂਰੀ ਨਹੀਂ ਹੈਗਾ ਪਹਿਲਾਂ ਬਹੁਤ ਵੱਡਾ ਇੰਸਟੀਟਿਊਸ਼ਨ ਫੋਰਮ ਹੋਵੇ ਫੇਰ ਹੀ ਚੀਜ਼ਾਂ ਸਾਂਭੀਆਂ ਜਾਣ। ਇਹ ਤਾਂ ਵੈਸੇ ਹੀ ਜਿੱਦਾਂ ਆਪਾਂ ਸਾਹ ਲੈਂਦੇ ਹਾਂ ਨਾ, ਇੱਦਾਂ ਆਪਣੀ ਆਦਤ ਹੋਣੀ ਚਾਹੀਦੀ ਆ ਵੀ ਅਸੀਂ ਸਾਂਭਣਾ ਆ। ਕਿ ਜਿਹੜੀ ਡਿਜੀਟਲਾਈਜੇਸ਼ਨ ਆ ਇਹਦੇ ਨਾਲ ਦਵਿੰਦਰ ਪਾਲ ਜੀ, ਪਹਿਲਾਂ ਤੁਸੀਂ ਦੱਸੋ ਕਿ ਪਹਿਲੀ ਗੱਲ ਤਾਂ ਇਹ ਦੱਸੋ ਕਿ ਸਾਡੇ ਲੋਕਾਂ 'ਚ ਡਿਜੀਟਲਾਈਜੇਸ਼ਨ ਦੀ ਚੇਤਨਾ ਹੈਗੀ ਹੈ, ਸਾਰੇ ਲੋਕ ਜਾਗਰੂਕ ਹੈਗੇ, ਸਾਰੇ ਨਾ ਕਹੋ ਸਾਰੇ ਤਾਂ ਕਿਸੇ ਕਿਸੇ ਵੇਲੇ ਵੀ ਨਹੀਂ ਜਾਗਰੂਕ ਹੁੰਦੇ, ਲੇਅਰਸ ਹੁੰਦੀਆਂ ਆ, ਕੁਛ ਜਾਗਰੂਕ ਹੁੰਦੇ ਆ, ਕੁਛ ਹੋ ਰਹੇ ਹੁੰਦੇ ਆ, ਕੁਛ ਅੱਗੇ ਨਿਕਲ ਗਏ ਹੁੰਦੇ ਆ, ਪਰ ਮਤਲਬ ਮੇਨ ਸਟ੍ਰੀਮ ਜਿਹੜੀ ਆ ਉਹ ਡਿਜੀਟਲਾਈਜੇਸ਼ਨ ਦੇ ਦੌਰ 'ਚ ਸ਼ਾਮਲ ਹੋ ਚੁੱਕੀ ਹੈ। ਡਿਜੀਟਾਈਜੇਸ਼ਨ ਦੇ ਨਾ ਦੋ ਦੌਰ ਮੈਂ ਦੇਖ ਸਕਦਾ ਹੈਗਾ। ਇੱਕ ਤੇ ਉਹ ਜਦੋਂ ਅਸੀਂ 2003 ਦੀ ਗੱਲ ਕਰਦੇ ਹੈਗੇ ਆ, ਜੀ ਉਦੋਂ ਤੇ ਇਟ ਵਾਸ ਐਨ ਏਲੀਅਨ ਵਰਲਡ, ਇੱਕ ਨਵਾਂ ਜਿਹਾ ਵਰਡ ਸੀਗਾ, ਇੱਕ ਨਵਾਂ ਜਿਹਾ ਕਨਸੈਪਟ ਸੀਗਾ ਜਿਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਸੀਗਾ। ਪਰ ਅੱਜ ਦੀ ਜੇ ਆਪਾਂ ਡੇਟ ਵਿੱਚ ਗੱਲ ਕਰੀਏ ਤਾਂ ਹੁਣ ਕਿਉਂਕਿ ਡਿਜੀਟਾਈਜੇਸ਼ਨ ਸਿਰਫ ਨੋਲੇਜ ਦੀ ਨਹੀਂ ਹੋ ਰਹੀ, ਡਿਜੀਟਾਈਜੇਸ਼ਨ ਸਿਰਫ ਕਿਤਾਬਾਂ ਦੀ ਨਹੀਂ ਹੋ ਰਹੀ, ਮੈਮਰੀਜ਼ ਦੀ ਨਹੀਂ ਹੋ ਰਹੀ, ਸਿਰਫ ਹੋਰ ਵੀ ਬੜੀਆਂ ਚੀਜ਼ਾਂ ਦੀ ਡਿਜੀਟਾਈਜੇਸ਼ਨ ਹੋ ਰਹੀ ਹੈਗੀ ਆ, ਜਿਹਦੇ ਵਿੱਚ ਟੀਵੀ ਵੀ ਆ ਜਾਂਦੇ ਹੈਗੇ ਆ। ਸੋ ਡਿਜੀਟਾਈਜੇਸ਼ਨ ਵਰਡ ਜਿਹੜਾ ਹੈਗਾ ਬਹੁਤ ਪਪੂਲਰ ਹੋ ਗਿਆ ਉਹ, ਤੇ ਜਿਹੜੀਆਂ ਚੀਜ਼ਾਂ ਜੇ ਅਸੀਂ ਨੋਲੇਜ ਡਿਜੀਟਾਈਜੇਸ਼ਨ ਦੀ ਗੱਲ ਕਰੀਏ ਤਾਂ ਸ਼ੁਰੂ ਦੇ ਵਿੱਚ ਬੜੀਆਂ ਰੁਕਾਵਟਾਂ ਹੁੰਦੀਆਂ ਸੀ ਡਿਜੀਟਾਈਜੇਸ਼ਨ ਨੂੰ ਲੈ ਕੇ, ਹੁਣ ਹਰ ਇੱਕ ਬੰਦਾ ਭਾਵੇਂ ਸਰਕਾਰੀ ਅਦਾਰਾ ਵੀ ਹੋਏ ਉਹ ਆਪੇ ਹੀ ਅਪਰੋਚ ਕਰਦੇ ਹੈਗੇ ਆ ਕਿ ਸਾਡੀ ਡਿਜੀਟਾਈਜੇਸ਼ਨ ਕਰ ਦਿਓ। ਸੋ ਪੀਪਲ ਆਰ ਵੈਰੀ ਵੈਲਕਮਿੰਗ, ਹੈ ਨਾ, ਹੁਣ ਪਿਛਲੇ 8-10 ਸਾਲਾਂ ਦੇ ਵਿੱਚ। ਸੋ ਰਾਈਟ ਡਿਜੀਟਾਈਜੇਸ਼ਨ ਪ੍ਰਤੀ ਡੈਫੀਨੇਟਲੀ ਅਵੇਅਰਨੈਸ ਹੈਗੀ ਹੈ ਬਹੁਤ ਵੱਡੇ ਲੈਵਲ ਤੇ ਹੁਣ, ਤੇ ਅੱਗੇ ਨਾਲੋਂ ਬਹੁਤ ਫਰਕ ਹੈਗਾ।
ਅੱਛਾ ਰਾਜੀ, ਕੈਨੇਡਾ ਦੇ ਵਿੱਚ ਪੰਜਾਬੀ ਕਮਿਊਨਿਟੀ ਜਿਹੜੀ ਹੈ ਉਹ ਤੁਹਾਡੇ ਖਿਆਲ 'ਚ ਇਸ ਕਨਸੈਪਟ ਤੋਂ ਵਾਕਫ ਹੈਗੀ ਆ ਕਿ ਨਹੀਂ ਹੈਗੀ, ਜਾਂ ਕੈਨੇਡਾ ਦਾ ਸੀਨ ਥੋੜ੍ਹਾ ਜਿਹਾ ਵੱਖਰਾ ਆ ਕਿਉਂਕਿ ਜਿਹੜੇ ਉੱਥੇ ਪੁਰਾਣੇ ਗਏ ਆ ਲੋਕ, ਇੱਕ ਉਹ ਗਰੁੱਪ ਆ, ਇੱਕ ਜਿਹੜੇ ਮਿਡਲ ਏਜ ਆ ਉਹ ਆ, ਇੱਕ ਤੁਹਾਡੀ ਜਿਹੜੀ ਅਗਲੀ ਜਨਰੇਸ਼ਨ ਆ ਬੱਚਿਆਂ ਦੀ, ਜੀ, ਉਹ ਇਹਨਾਂ ਤਿੰਨਾਂ ਲੈਵਲ ਦੇ ਉੱਤੇ ਸਾਡੇ ਡਿਜੀਟਲਾਈਜੇਸ਼ਨ ਜਿਹੜੀ ਹੈ ਪੰਜਾਬੀ ਦੇ ਮਨ ਦੀ, ਇਹ ਉਹਨੂੰ ਕਬੂਲਦੀ ਆ ਕਿ ਉਹ ਕਹਿੰਦੇ ਨਹੀਂ ਯਾਰ ਇਹ ਪੁਰਾਣੀ ਅਖਬਾਰ ਹੀ ਪੜ੍ਹੋ, ਤੇ ਮੈਂ ਕੀ ਲੈਣਾ ਟੀਵੀ ਤੇ ਆ ਹਾਂ ਜੀ, ਨਹੀਂ, ਜੀ। ਅਖਬਾਰ ਤੇ ਮੈਗਜ਼ੀਨ ਤਾਂ ਹੁਣ ਵਿਸਰ ਰਹੇ ਨੇ ਜੀ। ਸੋ ਈਵਨ ਤੁਸੀਂ ਦੇਖੋ, ਆਪਾਂ ਵੀ ਜਿਹੜੀ ਗੱਲ ਕਰ ਰਹੇ ਹਾਂ ਨਾ, ਕਾਫੀ ਚੀਜ਼ਾਂ ਨੇ। ਜੇ ਤੁਸੀਂ ਕਿਸੇ ਨਾਲ ਉਹਨਾਂ ਦੇ ਤੁਸੀਂ ਨਾ ਰੈਫਰੈਂਸ ਪੁਆਇੰਟ ਚੈੱਕ ਕਰਿਓ, ਉਹ ਕਹੋਗੇ ਮੈਂ ਯੂਟਿਊਬ ਤੇ ਦੇਖਿਆ ਸੀਗਾ, ਮੈਂ ਖਬਰਾਂ 'ਚ ਸੁਣਿਆ ਸੀਗਾ, ਮੈਂ ਆਨਲਾਈਨ ਪੜ੍ਹਿਆ। ਬਹੁਤ ਘੱਟ ਲੋਕ ਹੋਊਗੇ ਜਿਹੜਾ ਕਹੂਗਾ ਮੈਂ ਆਹ ਮੈਗਜ਼ੀਨ 'ਚ ਪੜ੍ਹਿਆ ਸੀਗਾ ਜਾਂ ਮੈਂ ਨੋਵਲ 'ਚ ਪੜ੍ਹਿਆ ਸੀਗਾ। ਸੋ ਉਹ ਕਾਫੀ ਟਿਲਟ ਹੋ ਚੁੱਕੀ ਆ ਉਹ। ਮੇਰੇ ਖਿਆਲ ਆਉਂਦੇ ਸਮੇਂ 'ਚ ਅਖਬਾਰਾਂ ਜਿਹਨਾਂ ਨੂੰ ਇਕੱਠੀਆਂ ਕਰਨ ਦਾ ਸ਼ੌਕ ਆ, ਜਾਂ ਜਿਹੜੇ ਆਪਣੇ ਬਜ਼ੁਰਗ ਰੱਖ ਲਓ ਜਾਂ ਸ਼ੌਕ ਦੇ ਵਜੋਂ ਉਹੀ ਪੜ੍ਹਨਗੇ, ਬਾਕੀ ਤਾਂ ਸਾਰੇ ਡਿਜੀਟਲੀ ਨਿਊਜ਼ ਆ ਰਹੀ ਆ ਆਪਾਂ ਨੂੰ। ਜਿੰਨੀਆਂ ਚੀਜ਼ਾਂ ਆਪਾਂ ਪੜ੍ਹ ਰਹੇ ਹਾਂ, ਈਵਨ ਕਿਸੇ ਨੇ ਕੋਈ ਕੋਰਸਿਸ ਕਰਨੇ ਆ, ਉਹ ਵੀ ਡਿਜੀਟਲ ਹੋਇਆ ਪਿਆ। ਸੋ ਉਹ ਕਾਫੀ, ਪਰ ਉਹ ਤੁਹਾਡੀ ਗੱਲ ਸਹੀ ਹੈ ਵੀ ਇਟ ਡਿਪੈਂਡਸ ਵੀ ਤੁਸੀਂ ਕਿਹੜੇ ਏਜ ਗਰੁੱਪ 'ਚ ਹੋ ਤੇ ਕਿਹੜੀ ਥਾਟ ਨਾਲ, ਲੈਫਟ ਲੀਲਿੰਗ ਰਾਈਟ ਲੀਲਿੰਗ ਕਿਹੜੇ ਪਾਸਿਓਂ, ਤੁਹਾਡੀ ਸੁੱਟ ਕਿੱਧਰ ਆ ਨਾ। ਪਰ ਇੱਕ ਚੀਜ਼ ਜਿਹੜੀ ਮੈਂ ਦੇਖੀ ਆ ਕਿ ਜਿਹੜੇ ਸਾਰੇ ਬੱਚੇ ਨਹੀਂ ਪਰ ਕਾਫੀ ਬੱਚੇ ਜਿਹੜੇ ਪੰਜਾਬ ਤੋਂ ਆ ਰਹੇ ਨੇ, ਉਹ ਕੈਨੇਡਾ ਆ ਕੇ ਪੰਜਾਬੀ ਸਿੱਖ ਰਹੇ ਨੇ, ਕਿਉਂਕਿ ਜਦੋਂ ਉਹ ਉਤਰਦੇ ਆ ਉਹ ਹਿੰਦੀ ਬੋਲ ਰਹੇ ਹੁੰਦੇ ਉਸ ਟਾਈਮ। ਇਦਾਂ ਹੀ ਹਿਸਟਰੀ ਦੀ ਗੱਲ ਆ, ਜਦੋਂ ਉਹ ਇੱਥੇ ਆਉਂਦੇ ਨੇ ਆਪਸ 'ਚ ਦੋਸਤਾਂ ਨਾਲ ਵਿਚਰਦੇ ਆ ਤੇ ਉਹ ਸਿੱਖ ਇਤਿਹਾਸ ਬਾਰੇ ਜਾਣੂ ਹੁੰਦੇ ਨੇ, ਔਰ ਉਹਨਾਂ ਦਾ ਇਹੀ ਹੁੰਦਾ ਵੀ ਉੱਥੇ ਅਸੀਂ ਬੋਲ ਨਹੀਂ ਸਕਦੇ ਕਿਉਂਕਿ ਸਾਨੂੰ ਘਟਾ ਮਹਿਸੂਸ ਹੁੰਦਾ, ਹਿਸਟਰੀ ਸਾਨੂੰ ਕੋਈ ਪੜ੍ਹਾ ਨਹੀਂ ਰਿਹਾ ਜਾਂ ਅਸੀਂ ਪੜ੍ਹ ਨਹੀਂ ਰਹੇ, ਉੱਥੇ ਉਹ ਮਾਹੌਲ ਹੈ ਨਹੀਂ ਉਦਾਂ ਦਾ। ਸੋ ਉਸ ਹਿਸਾਬ ਦੇ ਨਾਲ ਮੈਂ ਕੈਨੇਡਾ ਨੂੰ ਕਾਫੀ ਅੱਗੇ ਦੇਖਦਾ, ਜੇ ਪੰਜਾਬੀ ਦੇ ਜਾਂ ਸਿੱਖ ਇਤਿਹਾਸ ਦੇ ਮਾਮਲੇ 'ਚ ਆਪਾਂ ਉਸ ਨਿਗਾਹ ਤੋਂ ਦੇਖਣਾ ਹੋਵੇ। ਸੋ ਇੱਥੇ ਦੀਆਂ ਐਫਰਟ ਜਿੰਨੀ ਪਾਪੂਲੇਸ਼ਨ ਦੇ ਹਿਸਾਬ ਨਾਲ ਉਹ ਕਾਫੀ ਇਨੋਰਮਸ ਨੇ, ਉਹ ਮੈਂ ਇਹਨੂੰ ਇਦਾਂ ਦੇਖਦਾ ਇਹਨੂੰ। ਇਹ ਵੈਸੇ ਬਹੁਤ ਇੰਟਰਸਟਿੰਗ ਪੁਆਇੰਟ ਹੈ ਤੁਹਾਡਾ। ਮੈਂ ਵੀ ਆਪਣੇ ਕੈਨੇਡਾ 'ਚ ਇਹ ਐਕਸਪੀਰੀਅੰਸ ਕੀਤਾ ਵੀ ਜੀ ਜਿਹੜੇ ਜੀ ਲੋਕ ਇੱਥੇ ਪੰਜਾਬੀ ਬੋਲਣ 'ਚ ਸ਼ਰਮ ਮਹਿਸੂਸ ਕਰਦੇ ਬਿਲਕੁਲ ਆ, ਬਿਲਕੁਲ ਉਹ ਉੱਥੇ ਪੰਜਾਬੀ ਬੜੇ ਫਖਰ ਨਾਲ ਔਰ ਖੁੱਲ੍ਹ ਕੇ ਬੋਲਦੇ ਆ। ਈਵਨ ਜੀ ਮੇਰੀ ਜੀ ਸਾਡੀ ਆਪਣੀ ਫੈਮਿਲੀ 'ਚ ਕੁਛ ਲੋਕ ਦਿੱਲੀ ਤੋਂ, ਦਿੱਲੀ ਵੈਸੇ ਹੀ ਹਿੰਦੀ ਬੋਲਣ ਦਾ ਰਿਵਾਜ਼ ਆ, ਇੱਥੇ ਵੀ ਬਿਮਾਰੀ ਇਹੀ ਹੈ, ਪੰਜਾਬੀ ਫੈਮਿਲੀਆਂ ਆ ਬੋਲਦੇ ਹਿੰਦੀ ਆ, ਜੀ ਤੇ ਜੀ ਉੱਥੇ ਉਹ ਬੜੀ ਠੇਠ ਪੰਜਾਬੀ ਬੋਲਣ। ਮੈਂ ਬਿਲਕੁਲ ਕਿਹਾ ਜੀ ਜੇ ਬਿਲਕੁਲ ਅਸੀਂ ਵੀ ਇਹੋ ਜਿਹੇ ਲਫ਼ਜ਼ ਬੋਲਦੇ, ਤੁਸੀਂ ਇਹ ਕਿੱਥੋਂ, ਅਜੇ ਤੱਕ ਕਹਿੰਦੇ ਮੈਂ ਤਾਂ ਠੋਕ ਕੇ ਬੋਲੂਗਾ ਪੰਜਾਬੀ। ਜੀ ਜੀ ਮੈਂ ਜੀ ਵੀ ਇਹ ਕੈਨੇਡਾ 'ਚ ਇੱਕ ਨਵੀਂ ਜਿਹੜੀ ਹੈ ਨਾ, ਜਿਹੜੀ ਹੁਣ ਸਟੂਡੈਂਟਸ ਜਾ ਰਹੇ ਆ, ਉਹ ਆਪਣਾ ਇੱਥੋਂ ਦੀ ਜਿਹੜੀ ਸੰਗ ਆ ਜਾਂ ਇੱਥੋਂ ਦੇ ਜਿਹੜੇ ਐਵੇਂ ਡਰਾਮੇਬਾਜ਼ੀ ਆ, ਉਹ ਉੱਥੇ ਜਾ ਕੇ ਓਪਨ ਪੰਜਾਬੀ ਲਈ ਵੀ ਹੋ ਰਿਹਾ ਆ, ਔਰ ਇਹ ਗੱਲ ਬੜੀ ਅੱਛੀ ਆ ਕਿ ਉਹਨਾਂ ਨੂੰ ਜੇ ਤੁਸੀਂ ਡਿਜੀਟਲਾਈਜੇਸ਼ਨ ਵਾਲੇ ਪਾਸੇ ਜਾਂ ਰਾਜ ਭੰਡਾਰ ਵਰਗੇ ਜਿਹੜੇ ਬੰਦੇ ਨੇ ਉਹ ਇੱਕ ਐਗਜ਼ੈਂਪਲ ਸੈੱਟ ਕਰ ਰਹੇ ਆ ਕਿ ਸਾਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਵੀ ਕੰਮ ਕਰਨਾ ਚਾਹੀਦਾ, ਤੇ ਡਿਜੀਟਲਾਈਜੇਸ਼ਨ ਲਈ ਹੋਰ ਭੰਡਾਲ ਸਾਹਿਬ ਕੀ ਕਰਨ ਦੀ ਲੋੜ ਆ ਕਿ ਸਾਡੀ ਜਿਹੜੀ ਨੈਕਸਟ ਜਨਰੇਸ਼ਨ ਆ, ਨੈਕਸਟ ਜਨਰੇਸ਼ਨ ਤੋਂ ਮੇਰਾ ਭਾਵ ਆ ਜਿਹੜੇ ਪੰਜਾਬੀ ਬੋਲ ਤਾਂ ਲੈਂਦੇ ਆ ਤੇ ਅੰਗਰੇਜ਼ੀ 'ਚ ਬਾਕੀ ਸਾਰਾ ਕੰਮ ਕਰਦੇ ਆ, ਉਹਨਾਂ ਲਈ ਅਸੀਂ ਕੁਛ ਸਾਡੇ ਬੱਚਿਆਂ ਲਈ ਜਿਹੜੇ ਕੈਨੇਡਾ 'ਚ ਬੈਠੇ ਉਹਨਾਂ ਲਈ ਕੀ ਡਿਜੀਟਲਾਈਜੇਸ਼ਨ ਪਾਰਟ ਆਫ ਇਟ ਹੋ ਸਕਦਾ ਜਿਹਦੇ ਨਾਲ ਪੰਜਾਬੀ ਦਾ ਕੋਈ ਫਾਇਦਾ ਹੋਵੇ। ਪੰਜਾਬੀ ਦਾ ਤਾਂ ਇਸ ਤਰ੍ਹਾਂ ਜੀ, ਜਿਹਨੇ ਅਗੇਨ ਸੁਰਤ ਵਾਲੀ ਗੱਲ ਆ ਜਾਂਦੀ ਆ, ਤੁਸੀਂ ਕਿਸੇ ਨਾਲ ਕਿਸੇ ਤੇ ਜ਼ੋਰ ਲਾ ਕੇ ਕੋਈ ਚੀਜ਼ ਨਹੀਂ ਕਰਾ ਸਕਦੇ। ਉਹ ਉਦਾਂ ਦਾ ਜਦੋਂ ਮਾਹੌਲ ਬਣ ਜਾਂਦਾ ਨਾ, ਇਸੇ ਕਰਕੇ ਮੈਂ ਰੀਇਟਰੇਟ ਕਰ ਰਿਹਾ ਗੱਲ ਨੂੰ ਵੀ ਜਦੋਂ ਇੰਡੀਵਿਜੁਅਲ ਲੈਵਲ ਤੇ ਇਹ ਮਾਹੌਲ ਬਣ ਜਾਣਾ ਵੀ ਅਸੀਂ ਚੀਜ਼ਾਂ ਸਾਂਭਣੀਆਂ ਨੇ, ਉਹਦੇ ਵਿੱਚ ਲੈਂਗੁਏਜ ਵੀ ਆ ਜਾਂਦੀ, ਉਹਦੇ ਵਿੱਚ ਫੈਸ਼ਨ ਵੀ ਆ ਜਾਂਦਾ, ਫੂਡ ਵੀ ਆ ਜਾਂਦਾ, ਕਲਚਰ ਵੀ ਆ ਜਾਂਦਾ, ਫਿਰ ਤੁਹਾਡਾ ਇੱਕ ਸੁਭਾਅ ਬਣ ਜਾਂਦਾ। ਔਰ ਮੈਂ ਚਾਹੁੰਦਾ ਵੀ ਇਹ ਸੁਭਾਅ ਹਰ ਇੰਡੀਵਿਜੁਅਲ ਦੇ ਜ਼ਿਹਨ 'ਚ ਬਣੇ ਇਹ ਕਿ ਮੈਂ ਆਪਣਾ ਜਿਹੜਾ ਬੀਤਿਆ ਹੋਇਆ ਉਹਨੂੰ ਸਾਂਭਣਾ ਆ, ਕਿਉਂਕਿ ਆਪਾਂ ਹੁਣ 'ਚ ਰਹਿ ਰਹੇ ਹਾਂ, ਪਰ ਜੇ ਆਪਾਂ ਅੱਗੇ ਟਰੈਵਲ ਕਰਨਾ ਉਹ ਮੈਮਰੀ ਦੀ ਲੋੜ ਆ ਉਹ। ਔਰ ਕਈ ਵਾਰੀ ਜਿਹੜੀ ਮੈਮਰੀ ਹੁੰਦੀ ਹੈ ਨਾ, ਉਹ
ਉਹ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਆਪਣੇ ਰੈਫਰੈਂਸ ਪੁਆਇੰਟ ਕਿੱਦਾਂ ਮਿਟੇ ਜਾਂਦੇ ਨੇ। ਜਦੋਂ ਆਪਾਂ ਉਸ ਮਾਹੌਲ 'ਚ ਰਹਿ ਰਹੇ ਹਾਂ ਆਪਾਂ ਨੂੰ ਲੱਗ ਰਿਹਾ ਕਿ ਇਦਾਂ ਨਹੀਂ ਹੋ ਰਿਹਾ, ਪਰ ਇਹਨੂੰ ਮੈਂ ਇਦਾਂ ਦੇਖਦਾ ਹੁੰਦਾ ਜਦੋਂ ਨਾ ਕੋਈ ਮੈਚ ਹੋ ਰਿਹਾ, ਲੈਸੇ ਜਿਹੜੇ ਖੇਡ ਰਹੇ ਆ ਉਹਨਾਂ ਦਾ ਪਰਸਪੈਕਟਿਵ ਹੋ ਰਿਹਾ, ਪਰ ਜਿਹੜੇ ਬਾਹਰੋਂ ਬੈਠ ਕੇ ਦੇਖ ਰਹੇ ਆ ਉਹਨਾਂ ਕੋਲ ਬਰਡਸ ਆਈ ਵਿਊ ਆ, ਉਹਨਾਂ ਦਾ ਦੇਖਣ ਦਾ ਪਰਸਪੈਕਟਿਵ ਨਜ਼ਰੀਆ ਹੋ ਰਿਹਾ। ਜਿਹੜੇ ਖੇਡ ਰਹੇ ਆ ਉਹ ਆਪਣੀ ਜਗ੍ਹਾ ਤੇ ਠੀਕ ਨੇ, ਜਿਹੜੇ ਬਾਹਰੋਂ ਦੇਖ ਰਹੇ ਨੇ ਉਹ ਆਪਣੀ ਜਗ੍ਹਾ ਤੇ ਠੀਕ ਨੇ, ਪਰ ਉਹਨਾਂ ਦਾ ਜਿਹੜਾ ਦੇਖਣ ਦਾ ਤਰੀਕਾ ਉਹ ਕਾਫੀ ਵੱਡਾ ਆ, ਔਰ ਉਹ ਕਾਫੀ ਚੀਜ਼ਾਂ ਨੂੰ ਇੱਕ ਪਲੇਅਰ ਇੱਕ ਇੰਨਾ ਕੀ ਦੇਖ ਸਕਦਾ, ਪਰ ਜਿਹੜਾ ਉੱਪਰ ਬੈਠਾ ਹੋਇਆ ਉਹਨੂੰ ਸਾਰਾ ਕੁਝ ਦੇਖ ਰਿਹਾ ਵੀ ਪਿੱਛੋਂ ਕੀ ਹੋ ਰਿਹਾ। ਸੋ ਇਦਾਂ ਥੋੜਾ ਜਿਹਾ ਫਰਕ ਹੈ, ਕਿਉਂਕਿ ਆਪਾਂ ਜਿੱਦਾਂ ਗੱਲ ਕੀਤੀ ਨਾ ਵੀ ਜਿਹੜੀ 84 'ਚ ਰੈਫਰੈਂਸ ਲਾਇਬ੍ਰੇਰੀ ਆਪਣੇ ਤੋਂ ਗੁੰਮੀ ਕਹਿ ਲਓ, ਗੁਆਚ ਗਈ, ਸਾੜ ਹੋ ਗਈ, ਉਹ ਕਿਸੇ ਇੰਡੀਵਿਜੁਅਲ ਨੇ ਨਹੀਂ ਕੀਤੀ ਸੀਗੀ। ਤੋ ਇਹ ਗੱਲ ਸਹੀ ਆ ਵੀ ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਜਿਹੜਾ ਉਹ ਖਿੱਤਾ ਆ ਨਾ ਉਹਦੀ ਹਵਾ ਨਾ ਤਾਂ ਉਦੋਂ ਠੀਕ ਸੀਗੀ ਨਾ ਹੁਣ ਠੀਕ ਆ। ਸੋ ਇਹ ਵੀ ਜ਼ਰੂਰੀ ਆ ਵੀ ਜਿਹੜੀਆਂ ਚੀਜ਼ਾਂ ਨੇ ਇਨ ਫਿਜ਼ੀਕਲ ਫਾਰਮ, ਕਿਉਂਕਿ ਸਾਰੀਆਂ ਚੀਜ਼ਾਂ ਪੰਜਾਬ ਜਿਹੜਾ ਆਪਣਾ ਚੜ੍ਹਦਾ ਪੰਜਾਬ ਉਹਨਾਂ 'ਚ ਨਹੀਂ ਪਈਆਂ ਹੋਈਆਂ, ਕਈ ਲਹਿੰਦੇ 'ਚ ਪਈਆਂ ਹੋਈਆਂ ਨੇ, ਉਹ ਕਾਫੀ ਚੀਜ਼ਾਂ ਯੂਰਪ 'ਚ ਪਈਆਂ ਹੋਈਆਂ ਨੇ। ਤੋ ਉਹ ਚੀਜ਼ਾਂ ਹਰੇਕ ਥਾਂ ਤੇ ਸਾਂਭ ਹੋਣੀਆਂ ਚਾਹੀਦੀਆਂ ਨੇ ਫਿਜ਼ੀਕਲ ਫਾਰਮ 'ਚ ਇੰਡੀਵਿਜੁਅਲੀ, ਤਾਂ ਕਰਕੇ ਕੋਈ ਇਦਾਂ ਦੀ ਕਲੈਕਟਿਵ ਥਾਟ ਨਾ ਹੋਵੇ ਜਿਹੜੀ ਇੱਕ ਬਹੁਤ ਵੱਡਾ ਸਰਮਾਇਆ ਹੋਵੇ ਉਹਨੂੰ ਇਦਾਂ ਚੁੱਕ ਲਵੇ, ਚਾਹੇ ਉਹ ਡਿਜੀਟਲ ਫਾਰਮ 'ਚ ਆ ਚਾਹੇ ਉਹ ਫਿਜ਼ੀਕਲ ਫਾਰਮ 'ਚ ਆ, ਕਿਉਂਕਿ ਮੈਨੀਪੂਲੇਸ਼ਨ ਹੋ ਸਕਦੀ ਆ। ਡਿਜੀਟਲ ਜਦੋਂ ਆਪਾਂ ਕਹਿੰਦੇ ਆ, ਮੇਰੇ ਖਿਆਲ ਮੁਤਾਬਕ ਇਹ ਇਦਾਂ ਨਹੀਂ ਹੈਗਾ ਵੀ ਉੱਥੇ ਜਿੱਦਾਂ ਇੱਥੇ ਹਵਾ ਪਾਣੀ ਖਰਾਬ ਕਰਦੇ ਨੇ ਚੀਜ਼ਾਂ ਨੂੰ, ਜਿਹੜੀਆਂ ਡਿਜੀਟਲ ਆ ਉਹਨਾਂ 'ਚ ਵੀ ਖਰਾਬੀ ਹੋ ਸਕਦੀ ਆ, ਪਰ ਇਹ ਅਗੇਨ ਮੇਰਾ ਜ਼ਾਤੀ ਖਿਆਲ ਆ, ਹੈ ਨਾ। ਉਹ ਕਿੱਦਾਂ ਖਰਾਬੀ ਹੋ ਸਕਦੀ ਜੀ? ਇਹਨਾਂ ਦੀ ਤੰਦ ਤਾਂ ਇੱਕ ਥਾਂ ਤੇ ਪਈ ਹੋਈ ਆ ਨਾ ਪਿੱਛੇ ਕਿਤੇ, ਕਿਉਂਕਿ ਡਿਜੀਟਲ ਤੁਸੀਂ ਕਿਤੇ ਤਾਂ ਚਲਾਉਣੀ ਆ ਨਾ ਜਾ ਕੇ, ਜੀ ਮੈਮਰੀ ਕਿਤੇ ਤਾਂ ਰੱਖੂਗੇ ਨਾ, ਕਿਤੇ ਤਾਂ ਸਟੋਰ ਕਰੂੰਗੇ ਨਾ। ਸੋ ਉਹ ਕਿਉਂਕਿ ਆਪਾਂ ਨੂੰ ਇਦਾਂ ਲੱਗਦਾ ਵੀ ਜਿੱਦਾਂ ਹੁਣ ਮੇਰੇ ਕੋਲ ਕੰਪਿਊਟਰ ਪਿਆ ਤੇ ਮੈਂ ਹਾਰਡ ਡਰਾਈਵ ਸੇਵ ਕਰ ਲਈ, ਪਰ ਉਹ ਜਦ ਤੱਕ ਮੇਰੇ ਕੋਲ ਹਾਰਡ ਡਰਾਈਵ ਪਈ ਆ ਉਦੋਂ ਤੱਕ ਹੀ ਆ ਨਾ ਮੇਰੇ ਕੋਲ ਇਨਫੋਰਮੇਸ਼ਨ। ਔਰ ਜਿਹੜੀ ਫਿਜ਼ੀਕਲ ਫਾਰਮ ਆ ਜਿੰਨੀ ਉਹਦੀ ਰਿਸਪੈਕਟ ਆ, ਉਹ ਮੇਰੇ ਖਿਆਲ ਮੇਰੇ ਜਿਉਂਦੇ ਜੀ ਡਿਜੀਟਲ ਚੀਜ਼ਾਂ ਦੀ ਨਹੀਂ ਹੋਏਗੀ। ਮੇਰਾ ਖਿਆਲ ਆ ਤੁਹਾਡੇ ਦੋਨਾਂ ਦੀ ਗੱਲ ਠੀਕ ਹੈ। ਫਿਜ਼ੀਕਲ ਰੂਪ 'ਚ ਵੀ ਸਾਂਭਣ ਦੀ ਲੋੜ ਆ ਤੇ ਬਿਲਕੁਲ ਡਿਜੀਟਲਾਈਜੇਸ਼ਨ ਦੀ ਵੀ ਉਹ ਠੀਕ ਹੈ। ਇਹ ਦੋਨੇ ਹੀ ਚੀਜ਼ਾਂ ਉਹ ਜੀ ਜੀ ਆਫ ਫਿਜ਼ੀਕਲ ਕੋਰਸ ਰੂਪ ਵਿੱਚ, ਫਿਜ਼ੀਕਲ ਰੂਪ ਦੇ ਵਿੱਚ ਹਮੇਸ਼ਾ ਚੀਜ਼ਾਂ ਨੂੰ ਸਾਂਭਣ ਦੀ ਲੋੜ ਹੈਗੀ ਹੈ, ਪਰ ਡਿਜੀਟਲਾਈਜੇਸ਼ਨ ਨੂੰ ਅਸੀਂ ਇਦਾਂ ਨਾ ਦੇਖੀਏ ਕਿ ਇਹ ਕੋਈ ਕੁਝ ਸੈਕੰਡਰੀ ਹੈਗਾ, ਕਿ ਕੀਤਾ ਤਾਂ ਵੀ ਠੀਕ ਹੈ ਤੇ ਨਹੀਂ ਕੀਤਾ ਤਾਂ ਵੀ ਠੀਕ ਹੈਗਾ, ਨੋਟ ਲਾਈਕ ਇਦਾਂ ਦੈਟ। ਨਹੀਂ ਹੈਗਾ। ਪਰ ਡਿਜੀਟਾਈਜੇਸ਼ਨ ਇੱਕ ਨਵਾਂ ਮੀਡੀਅਮ ਹੈਗਾ ਜਿਹਦੇ ਵਿੱਚ ਸਾਡੀ ਮੈਮਰੀ ਨੇ, ਸਾਡੀ ਨੌਲੇਜ ਨੇ ਟ੍ਰਾਂਸਫਰ ਹੋਣਾ ਹੈਗਾ, ਤੇ ਜਿਹੜੀਆਂ ਚੀਜ਼ਾਂ ਡਿਜੀਟਲ ਫਾਰਮੈਟ ਦੇ ਵਿੱਚ ਟ੍ਰਾਂਸਫਰ ਨਹੀਂ ਹੋਣਗੀਆਂ ਉਹ ਖਤਮ ਹੋ ਜਾਣਗੀਆਂ, ਉਹ ਹਮੇਸ਼ਾ ਲਈ ਆਉਣ ਵਾਲੀਆਂ ਜਨਰੇਸ਼ਨਸ ਕੋਲੋਂ ਖੁਸ ਜਾਣਗੀਆਂ। ਅਸੀਂ ਕਾਗਜ਼ ਦੇ ਉੱਪਰ ਲਿਖੀ ਹੋਈ ਹਰ ਇੱਕ ਚੀਜ਼ ਨੂੰ ਹਮੇਸ਼ਾ ਵਾਸਤੇ ਨਹੀਂ ਬਚਾ ਸਕਦੇ। ਅਲਟੀਮੇਟਲੀ ਅੱਜ ਤੋਂ ਭਾਵੇਂ 100 ਸਾਲ ਬਾਅਦ, ਜਿੰਨੇ ਸਾਲਾਂ ਬਾਅਦ ਵੀ, ਪੇਪਰ ਦੇ ਵਿੱਚ ਵੀ ਆਪਾਂ ਡਿਸੀਜਨ ਲੈ ਰਹੇ ਹੋਵਾਂਗੇ, ਜਿਹੜੀਆਂ ਮੈਨੂੰ ਭਾਈ ਸਾਹਿਬ ਦੇ ਪਿੱਛੇ ਪਈਆਂ ਕਿਤਾਬਾਂ ਵੀ ਦਿਖ ਰਹੀਆਂ, ਉਹਨਾਂ ਵਿੱਚੋਂ ਵੀ ਕੋਈ ਜਨਰੇਸ਼ਨ ਡਿਸੀਜਨ ਲੈ ਰਹੀ ਹੋਏਗੀ ਕਿ ਕਿਹੜੀਆਂ ਕਿਤਾਬਾਂ ਹੁਣ ਰੱਖੀਏ ਤੇ ਕਿਹੜੀਆਂ ਨਾ ਰੱਖੀਏ, ਅਸੀਂ ਕਿੰਨੀਆਂ ਕਿਤਾਬਾਂ ਨੂੰ 200 ਸਾਲ ਬਾਅਦ ਬਚਾ ਸਕੇ ਤੇ ਕਿੰਨੀਆਂ ਨੂੰ ਨਹੀਂ ਬਚਾ ਸਕੇ। ਇਹ ਉਵੇਂ ਹੀ ਹੈਗਾ ਜਿਵੇਂ ਅੱਜ ਤੋਂ 2500 ਸਾਲ ਪਹਿਲੇ ਜਦੋਂ ਇਨਸਾਨ ਨੇ ਲਿਖਣਾ ਸ਼ੁਰੂ ਕੀਤਾ ਹੈਗਾ ਤਾਂ ਉਦੋਂ ਲਿਖਾਈ ਬਾਰੇ ਵੀ ਸੋਚਿਆ ਗਿਆ ਕਿ ਲਿਖਣ ਦੀ ਲੋੜ ਕਿਉਂ ਹੈਗੀ ਹੈ। ਆਪਾਂ ਜਦੋਂ ਯਾਦ ਰੱਖ ਸਕਦੇ ਹਾਂ, ਅਸੀਂ ਸਾਰੀ ਕਿਤਾਬ ਯਾਦ ਰੱਖ ਸਕਦੇ ਹੈਗੇ ਹਾਂ, ਉਦੋਂ ਸਕੂਲ ਕੰਮ ਕਰਦੇ ਸੀਗੇ ਜਿਹੜੇ ਯਾਦ ਕਰਵਾਉਂਦੇ ਸੀ ਚੀਜ਼ਾਂ ਨੂੰ, ਮੈਮੋਰਾਈਜ਼ ਕਰਵਾਈਆਂ ਜਾਂਦੀਆਂ ਸੀ। ਜਿਵੇਂ ਅਸੀਂ ਕਾਮਨਲੀ ਕਹਿੰਦੇ ਹਾਂ ਕਿ ਵੇਦ ਰਚੇ ਗਏ ਪੰਜਾਬ ਦੀ ਧਰਤੀ ਦੇ ਉੱਪਰ, ਨੋਬਡੀ ਸੇਜ਼ ਕਿ ਲਿਖੇ ਗਏ, ਹੈ ਨਾ, ਕਿਉਂਕਿ ਵੇਦ ਰਚੇ ਗਏ ਸੀਗੇ, ਦਿਮਾਗ ਦੇ ਵਿੱਚ ਰਚੇ ਗਏ ਸੀਗੇ, ਉਹ 1000 1500 ਸਾਲ ਦਿਮਾਗ ਦੇ ਵਿੱਚ ਹੀ ਰਹੇ, ਪੇਪਰ ਤੇ ਆਉਣ ਤੋਂ ਪਹਿਲਾਂ ਜਾ ਰਹੀ ਗਏ ਕੁਝ ਆ ਰਹੇ ਗਏ, ਹੈ ਨਾ, ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਤੱਕ ਆਪਾਂ ਯਾਦ ਕਰਵਾਉਂਦੇ ਰਹੇ ਉਹਨਾਂ ਨੂੰ। ਸੋ ਉਵੇਂ ਹੀ ਸਾਰੀ ਨੌਲੇਜ ਸਿਰਫ ਯਾਦਾਸ਼ਤ ਵਿੱਚ ਰੱਖੀ ਜਾਂਦੀ ਸੀਗੀ, ਫਿਰ ਇਨਸਾਨ ਨੇ ਅੱਜ ਤੋਂ 2500 ਸਾਲ ਪਹਿਲੇ ਲਿਖਣਾ ਸ਼ੁਰੂ ਕੀਤਾ, ਤੇ ਜਦੋਂ ਲਿਖਣਾ ਸ਼ੁਰੂ ਕੀਤਾ ਤੇ ਦਿਮਾਗ ਤੋਂ ਨੌਲੇਜ ਟ੍ਰਾਂਸਫਰ ਹੋਈ ਪੇਪਰ ਦੇ ਉੱਪਰ। ਹੁਣ ਜਿਹੜੀ ਨੌਲੇਜ ਉਸ ਵਕਤ ਟ੍ਰਾਂਸਫਰ ਨਹੀਂ ਹੋਈ ਉਹ ਬੰਦੇ ਦੇ ਨਾਲ ਹੀ ਚਲੀ ਗਈ ਹਮੇਸ਼ਾ।
क्यों? क्योंकि जिहड़े स्कूल मेमोराइज करवाउंदे सीगे उह वी खतम हो गए, नवें स्कूल आ गए जिहड़े लिखणा सिखाउंदे सीगे, नवीं इंडस्ट्री डिवेलप हो गई जिहड़े स्क्राइब इंडस्ट्री सीगी, जिहड़े लिखदे सीगे उतारे करदे सी किताबां दे हथ लिखतां जिन्हां नूं आपां कहिंदे हैगे आ। फिर उह लगभग 2000 साल उही इंडस्ट्री चलदी रही, उतारिआं दे उतारे है ना, गुरु ग्रंथ साहिब दे सरूप वी मिलदे हैगे आ जिहदे विच लिखिआ हुंदा है उतारे के उतारे का उतारा, अगे 10 वारी लिखिआ हुंदा है उतारे के उतारे के उतारे का उतारा का उतारा, 15-15 वारी तक पढ़िआ हैगा मैं, है ना, दूजी वारी तक भी पढ़िआ हैगा। सो उह इंडस्ट्री ने काम कीता अपना। फिर प्रिंटिंग प्रैस आ गई। हुण जदों प्रिंटिंग प्रैस आ गई तां जिन्ना कुछ हथ लिखतां विच सीगा उह सब छापेखाने विच चला गया, इनकलूडिंग गुरबाणी, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ, ਗੁਰੂ ਗ੍ਰੰਥ ਸਾਹਿਬ 'ਚ ਗੁਰਬਾਣੀ ਸੀਗੀ, ਉਹ ਸਾਰੀ ਵੀ ਛਾਪੇਖਾਨੇ ਵਿੱਚ ਛਪਣ ਲੱਗ ਗਈਆਂ ਚੀਜ਼ਾਂ। ਅਸੀਂ ਹੱਥ ਲਿਖਤਾਂ ਨੂੰ ਵਿਸਾਰ ਦਿੱਤਾ, ਫਿਰ ਇੱਕ ਵਾਰੀ ਭੁੱਲ ਗਏ ਅਸੀਂ, ਹੈ ਨਾ, ਅੱਜ ਸਾਨੂੰ ਪੜ੍ਹਨਾ ਵੀ ਔਖਾ ਲੱਗਦਾ ਹੈਗਾ। ਹਾਲਾਂਕਿ ਜਦੋਂ ਛਾਪੇਖਾਨੇ ਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਸੀ ਛਪ ਕੇ, ਤਾਂ ਉਦੋਂ ਵੀ ਇਹ ਡਿਸਕਸ਼ਨ ਹੈਗੀ ਹੈ ਕਿ ਇਹ ਪੜ੍ਹਨਾ ਕਿੰਨਾ ਔਖਾ ਹੈ। ਹੱਥ ਲਿਖਤ ਪੜ੍ਹਨੀ ਕਿੰਨੀ ਆਸਾਨ ਹੁੰਦੀ ਸੀਗੀ, ਛਾਪੇਖਾਨੇ ਵਾਲਾ ਪੜ੍ਹਨਾ ਔਖਾ ਲੱਗਦਾ ਸੀਗਾ, ਵੈਸੇ ਹੈ ਤਾਂ ਨਾ। ਤੁਹਾਡੀ ਗੱਲ ਤਾਂ ਠੀਕ ਹੈ ਕਿ ਜਿਉਂ ਦੀ ਉਦੋਂ ਜਦੋਂ ਛਾਪਾਖਾਨਾ ਆ ਗਿਆ ਤਾਂ ਹੱਥ ਲਿਖਤ ਵਾਲੀ ਇੰਡਸਟਰੀ ਸਾਰੀ ਖਤਮ ਹੋ ਗਈ। ਸੋ ਜਿਹੜੀਆਂ ਚੀਜ਼ਾਂ ਛਾਪੇਖਾਨੇ ਵਿੱਚ ਨਹੀਂ ਆਈਆਂ ਉਹ ਖਤਮ ਹੋ ਗਈਆਂ, ਸਾਨੂੰ ਪਤਾ ਹੀ ਨਹੀਂ ਕਿੰਨੀਆਂ ਮੈਨੂਸਕ੍ਰਿਪਟਸ ਚਲੀਆਂ ਗਈਆਂ ਸਾਡੇ ਕੋਲੋਂ, ਹੈ ਨਾ। ਉਦੋਂ ਕਈ ਚੀਜ਼ਾਂ ਨੂੰ ਸਾਂਭ ਕੇ ਰੱਖਿਆ ਗਿਆ, ਹਰ ਇੱਕ ਚੀਜ਼ ਨਹੀਂ ਸਾਂਭੀ ਗਈ। ਸੋ ਉਵੇਂ ਹੀ ਹੁਣ ਸਿਚੁਏਸ਼ਨ ਹੈਗੀ ਹੈ, ਜਿਹੜੀਆਂ ਚੀਜ਼ਾਂ ਡਿਜੀਟਾਈਜ਼ ਨਹੀਂ ਹੋਣਗੀਆਂ ਉਹ ਸਾਰੀਆਂ ਨਹੀਂ ਸਾਂਭੀਆਂ ਜਾ ਸਕਦੀਆਂ। ਸਾਡੀਆਂ ਨਜ਼ਰਾਂ ਦੇ ਅੱਗੋਂ 5 ਕਰੋੜ ਪੇਜ ਲੰਘੇ ਗਏ ਆ, ਸਾਨੂੰ ਪਤਾ ਹੈ ਕਿ ਕਿਹਨੂੰ ਸਾਂਭਿਆ ਜਾਏਗਾ ਤੇ ਕਿਹਨੂੰ ਨਹੀਂ ਸਾਂਭਿਆ ਜਾਏਗਾ। ਸਾਨੂੰ ਪਤਾ ਹੈ ਕਿਹੜਾ ਡਾਕੂਮੈਂਟ 5 ਸਾਲ ਬਾਅਦ ਅਵੇਲੇਬਲ ਹੋਏਗਾ ਤੇ ਕਿਹੜਾ ਡਾਕੂਮੈਂਟ 5 ਦਿਨਾਂ ਬਾਅਦ ਵੀ ਅਵੇਲੇਬਲ ਨਹੀਂ ਹੋਏਗਾ, ਕਿਹੜਾ ਡਾਕੂਮੈਂਟ 2 ਦਿਨਾਂ ਬਾਅਦ ਵੀ ਅਵੇਲੇਬਲ ਨਹੀਂ ਹੋਏਗਾ, ਉਹ ਸਾਨੂੰ ਪਤਾ ਹੈਗਾ। ਅੱਛਾ, ਹੁਣ ਸਵਾਲ ਇਹ ਪੈਦਾ ਹੁੰਦਾ ਕਿ ਹੋਰ ਇਹਨਾਂ ਕੰਮ ਤੁਸੀਂ ਕਰ ਲਿਆ, ਕਾਫੀ ਕੰਮ ਹੋ ਰਿਹਾ, ਹੋਰ ਕੀ ਕਰਨ ਦੀ ਲੋੜ ਆ, ਹੋਰ ਕੀ ਐਫਰਟਸ ਕਰਨ ਦੀ ਲੋੜ ਆ ਕਿ ਡਿਜੀਟਲਾਈਜੇਸ਼ਨ ਜਿਹੜੀ ਆ ਉਹ ਪੰਜਾਬੀ ਜਨ ਜੀਵਨ ਤੇ ਪੰਜਾਬੀ ਸੱਭਿਆਚਾਰ ਦੇ ਨਾਲ ਹੋਰ ਜੁੜ ਸਕੇ। ਇਹ ਦਵਿੰਦਰਪਾਲ ਜੀ, ਅਖੀਰ 'ਚ ਮੈਂ ਤੁਹਾਡੇ ਇਹਦੇ ਬਾਰੇ ਵਿਚਾਰ। ਜਿਹੜੀ ਡਿਜੀਟਾਈਜੇਸ਼ਨ ਹੈਗੀ ਹੈ ਨਾ, ਉਹਦੇ ਲਈ ਮੈਨੂੰ ਲੱਗਦਾ ਨਹੀਂ ਹੈ ਕਿ ਕੋਈ ਸਪੈਸ਼ਲ ਉਪਰਾਲਾ ਕਰਨ ਦੀ ਲੋੜ ਹੈਗੀ ਹੈ ਉਹਨੂੰ ਸੋਸਾਇਟੀ ਦੇ ਵਿੱਚ ਲਿਜਾਣ ਵਾਸਤੇ, ਕਿਉਂਕਿ ਉਹ ਤੇ ਨੈਚੁਰਲੀ ਆ ਹੀ ਜਾਣਾ ਹੈਗਾ। ਸਾਰੀ ਡਾਇਰੈਕਸ਼ਨ ਹੀ ਸਮਾਜ ਦੀ ਉਸ ਪਾਸੇ ਹੈਗੀ ਹੈ। ਲਾਈਕ ਜਦੋਂ ਅਸੀਂ ਪ੍ਰੋਜੈਕਟ ਸ਼ੁਰੂ ਕੀਤਾ ਨਾ, ਤਾਂ ਉਦੋਂ ਅਸੀਂ ਉਹਦੀ ਇੱਕ ਰੀਜ਼ਨਿੰਗ ਦਿੰਦੇ ਸੀਗੇ ਕਿ ਕਿਉਂ ਕਰ ਰਹੇ ਹਾਂ ਅਸੀਂ। ਕਿਉਂ ਮੈਂ ਕਹਿੰਦਾ ਹੁੰਦਾ ਸੀਗਾ ਕਿ 2013 ਤੱਕ ਹਰ ਘਰ ਵਿੱਚ ਕੰਪਿਊਟਰ ਹੋਏਗਾ ਤੇ ਸਾਰੀਆਂ ਪੜ੍ਹਾਈਆਂ ਲਿਖਾਈਆਂ ਸਿਰਫ ਕੰਪਿਊਟਰ ਤੇ ਹੋਣੀਆਂ ਹੈਗੀਆਂ, ਤੇ ਜੇ ਪੰਜਾਬ ਨਾਲ ਸੰਬੰਧਿਤ ਚੀਜ਼ਾਂ ਕੰਪਿਊਟਰ ਦੇ ਵਿੱਚ ਨਹੀਂ ਹੋਣਗੀਆਂ ਤਾਂ ਉਹ ਨਹੀਂ ਪੜ੍ਹੀਆਂ ਜਾਣਗੀਆਂ, ਹੈ ਨਾ। ਹੁਣ ਹਰ ਘਰ 'ਚ ਕੰਪਿਊਟਰ ਨਹੀਂ ਹੈ, ਹਰ ਜੇਬੇ 'ਚ ਕੰਪਿਊਟਰ ਹੈਗਾ। ਅੱਜ ਹਰ ਬੰਦਾ ਆਪਣੇ ਹੱਥ 'ਚ ਕੰਪਿਊਟਰ ਚੱਕੀ ਫਿਰਦਾ ਹੈਗਾ। ਜਿੰਨਾ ਜਿੰਨਾ ਕੁ ਐਡਵਾਂਸ ਆਪਾਂ ਉਦੋਂ ਸੋਚਦੇ ਸੀਗੇ ਉਸ ਤੋਂ ਕਿਤੇ ਕਈ ਗੁਣਾ ਵੱਧ ਐਡਵਾਂਸ ਅਸੀਂ ਸੋਚਦੇ ਹੈਗੇ ਹਾਂ। 20 ਸਾਲ ਪਹਿਲਾਂ ਅਸੀਂ ਕਹਿੰਦੇ ਸੀਗੇ ਕਿ ਸਕੂਲਾਂ ਦੇ ਵਿੱਚ ਪੜ੍ਹਾਈਆਂ ਲਿਖਾਈਆਂ ਕੰਪਿਊਟਰ ਤੇ ਹੋਣੀਆਂ ਹੈਗੀਆਂ, ਕਿਤਾਬਾਂ ਕਤੂਬਾਂ ਤੇ ਪੜ੍ਹਾਈ ਲਿਖਾਈ ਸਭ ਬੰਦ ਹੋ ਜਾਣੀ ਹੈਗੀ ਆ। ਉਹ ਅੱਜ ਹੋ ਗਈ ਹੈ, ਚੰਡੀਗੜ੍ਹ 'ਚ ਤਾਂ ਹੋ ਗਈ ਹੈ ਬਹੁਤ ਸਾਰੇ ਸਕੂਲਾਂ ਦੇ ਵਿੱਚ, ਹੈ ਨਾ, ਕੈਨੇਡਾ ਦਾ ਤੁਹਾਨੂੰ ਪਤਾ ਹੋਏਗਾ। ਦੇਖੋ ਸੋ ਮੇਰੇ ਉਹ ਸੋਸਾਇਟੀ ਦੀ ਜਿਹੜੀ ਡਾਇਰੈਕਸ਼ਨ ਹੈਗੀ ਹੈ ਉਹ ਆਟੋਮੈਟਿਕਲੀ ਉਸ ਪਾਸੇ ਹੈਗੀ ਹੈ ਕਿ ਡਿਜੀਟਾਈਜੇਸ਼ਨ, ਡਿਜੀਟਾਈਜ਼ਡ ਚੀਜ਼ਾਂ ਦੀ ਲੋੜ ਹੈਗੀ ਹੈ, ਉਹ ਆਪੇ ਹੀ ਲੋਕਾਂ ਨੇ ਅਪਣਾ ਲੈਣਾ ਹੈਗਾ, ਉਹਦੇ ਲਈ ਕੋਈ ਉਪਰਾਲਾ ਕਰਨ ਦੀ ਲੋੜ ਨਹੀਂ ਹੈ। ਉਪਰਾਲਾ ਕਰਨ ਦੀ ਸਿਰਫ ਇਹ ਲੋੜ ਹੈਗੀ ਹੈ ਕਿ ਡਿਜੀਟਾਈਜੇਸ਼ਨ ਹੋਏ, ਤੇਜ਼ੀ ਨਾਲ ਹੋਏ, ਇਸ ਤੋਂ ਪਹਿਲਾਂ ਕਿ ਡਾਕੂਮੈਂਟਸ ਤਬਾਹ ਹੋ ਜਾਣ, ਡਿਜੀਟਾਈਜੇਸ਼ਨ ਹੋਏ ਤੇ ਜਿਹੜਾ ਡਿਜੀਟਲ ਡੇਟਾ ਹੈਗਾ ਉਹਦੀ ਇੰਟੀਗ੍ਰਿਟੀ ਬਰਕਰਾਰ ਰੱਖੀ ਜਾਏ, ਉਹਦੇ ਵਿੱਚ ਕਦੀ ਵੀ ਇਹ ਡਾਊਟ ਨਾ ਆ ਸਕੇ ਕਿ ਇਹਦੇ ਵਿੱਚ ਕੋਈ ਮਿਲਾਵਟ ਹੋਈ ਹੋਈ ਹੈ। ਕਿਉਂਕਿ ਜੇ ਇਹ ਡਾਊਟ ਆ ਗਿਆ ਕਿ ਉਹਦੇ ਵਿੱਚ ਮਿਲਾਵਟ ਹੋਈ ਹੋਈ ਹੈਗੀ ਹੈ, ਤਾਂ ਫਿਰ ਉਹ ਸਾਰਾ ਐਫਰਟ ਸਾਰੀਆਂ ਜਨਰੇਸ਼ਨਸ ਲਈ ਖਤਮ ਹੋ ਜਾਏਗਾ। ਸਿਰਫ ਹੁਣ ਵਾਲੀ ਜਨਰੇਸ਼ਨ ਲਈ ਨਹੀਂ, ਉਹ ਸਾਰੀਆਂ ਜਨਰੇਸ਼ਨਸ ਲਈ ਸਭ ਕੁਝ ਤਬਾਹ ਹੋ ਜਾਏਗਾ। ਸੋ ਉਹ ਐਫਰਟ ਕਰਨ ਦੀ ਲੋੜ ਹੈਗੀ ਹੈ ਆਰਗੇਨਾਈਜੇਸ਼ਨ ਲੈਵਲ ਤੇ, ਸਾਡੇ ਲੈਵਲ ਤੇ, ਕਿ ਉਹਦੇ ਇੰਨੇ ਮਲਟੀਪਲ ਬੈਕਅਪਸ ਹੋਣ, ਇੰਨੀਆਂ ਮਲਟੀਪਲ ਲੇਅਰਸ ਹੋਣ ਕਿ ਕੋਈ ਇੱਕ ਫਾਈਲ ਦੀਆਂ 50-50 ਫਾਈਲਸ ਹੋਣ ਵੱਖਰੇ ਵੱਖਰੇ ਲੈਵਲ ਤੇ ਸੇਵ ਕੀਤੀਆਂ ਹੋਈਆਂ, ਕਿ ਉਹਦੇ ਵਿੱਚ ਜੇ ਕੋਈ ਚਾਹੇ ਤਾਂ ਵੀ ਮਿਲਾਵਟ ਨਾ ਕਰ ਸਕੇ। ਬਿਲਕੁਲ ਦਰੁਸਤ ਆ ਤੁਹਾਡੀ ਗੱਲ, ਔਰ ਆਪਾਂ
ਮੈਨੂੰ ਲੱਗਦਾ ਇੱਕ ਵੱਖਰੇ ਐਂਗਲ ਤੋਂ, ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਅੱਜ ਗੱਲ ਕੀਤੀ ਹੈ। ਔਰ ਇਹ ਪੰਜਾਬੀ ਵਿਰਸੇ ਨੂੰ ਸਾਂਭਣ ਲਈ, ਡਿਜੀਟਲਾਈਜੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਦੇਖਣ ਲਈ ਤੁਹਾਡੇ ਜਿਹੜੇ ਵਿਚਾਰ ਹੈ, ਇਹ ਮਤਲਬ ਹੋਰ ਲੋਕਾਂ ਨੂੰ ਪ੍ਰੋਵੋਕ ਕਰਨਗੇ ਅੱਗੇ ਗੱਲ ਤੋਰਨ ਲਈ। ਔਰ ਇਹ ਅਸੀਂ ਛੋਟਾ ਜਿਹਾ ਇੱਕ ਉਪਰਾਲਾ ਹੀ ਕੀਤਾ, ਅਤੇ ਇਹ ਗੱਲ ਅੱਗੇ ਤੁਰਦੀ ਰਹੇਗੀ, ਅਤੇ ਡਿਜੀਟਲਾਈਜੇਸ਼ਨ ਦਾ ਯੁੱਗ ਸਾਡੀਆਂ ਨਵੀਆਂ ਜਨਰੇਸ਼ਨਸ ਦੇ ਨਾਲ ਵੀ ਤੁਰਦਾ ਰਹੇਗਾ, ਅਤੇ ਹੋਰ ਐਫਰਟਸ ਤੁਹਾਡੇ ਵਰਗੇ ਇੰਡੀਵਿਜੁਅਲ ਬੰਦੇ, ਅਤੇ ਜਿੱਦਾਂ ਤੁਸੀਂ ਕਹਿ ਲਓ ਗਰੁੱਪ ਦੇ ਤੌਰ 'ਤੇ ਵੀ, ਤੁਸੀਂ ਆਰਗੇਨਾਈਜੇਸ਼ਨ ਦੇ ਤੌਰ 'ਤੇ ਵੀ ਕੰਮ ਕਰਦੇ ਰਹੋਗੇ, ਪਰ ਇੰਡੀਵਿਜੁਅਲ ਵੀ ਪੈਦਾ ਹੁੰਦੇ ਰਹਿਣਗੇ। ਲੇਕਿਨ ਮੈਂ ਇੱਕ ਗੱਲ ਅਜੇ ਵੀ ਮੰਨਣਾ ਕਿ ਅਜੇ ਵੀ ਜਾਗਰੂਕਤਾ ਦੀ ਲੋੜ ਹੈ। ਇਹ ਨਹੀਂ ਹੈ ਕਿ ਨਹੀਂ ਸਭ ਕੁਝ ਆਪਣੇ ਆਪ ਹੀ ਹੋ ਹੀ ਜਾਏਗਾ, ਇੱਦਾਂ ਨਹੀਂ ਹੈ। ਫਿਰ ਵੀ ਅਬ ਜਦੋਂ ਅਸੀਂ ਰਿਕਾਰਡਿੰਗ ਕਰ ਰਹੇ ਸੀ ਤੇ ਪਿੱਛੇ ਪਟਾਕੇ ਚੱਲੀ ਜਾਂਦੇ ਸੀ, ਤੇ ਮੇਰਾ ਧਿਆਨ ਉਧਰ ਨੂੰ ਚਲਾ ਗਿਆ ਕਿ ਵੀ ਇਹ ਆਪਣੇ ਕੀ ਹੋ ਜਾਏਗਾ ਜੀ। ਇਹ ਤਾਂ 100 ਸਾਲ ਤੋਂ ਅਸੀਂ ਕਹੀ ਜਾਂਦੇ ਹਾਂ ਪਟਾਕੇ ਨਹੀਂ ਵਜਾਉਣੇ ਤਾਂ ਬੇਵੱਜੀ ਜਾਂਦੇ ਆ, ਪਰ ਇਹਦੇ ਲਈ ਜਾਗਰੂਕਤਾ ਫਿਰ ਸਾਨੂੰ ਹੋਕਾ ਦੇਣਾ ਪੈਂਦਾ ਹੈ ਬਾਰ ਬਾਰ। ਚਾਹੇ ਜੇ ਅਸੀਂ ਕੁਝ ਕਵਾਂਗੇ ਉਹਦਾ ਅਸਰ ਹੋਏਗਾ, ਤੇ ਜੇ ਅਸੀਂ ਸਮਾਜ ਛੇੜਾਂਗੇ ਉਹਦਾ ਹੋਰ ਅਸਰ ਹੋਏਗਾ, ਉਹ ਸਾਡੇ ਤੇ ਵੀ ਹੋਏਗਾ, ਸਾਡੇ ਆਸੇ ਪਾਸੇ ਵੀ ਹੋਏਗਾ, ਤੇ ਅਲਟੀਮੇਟਲੀ ਪੰਜਾਬੀ ਜ਼ੁਬਾਨ ਤੇ ਪੰਜਾਬੀ ਸੱਭਿਆਚਾਰ ਦਾ ਇਹਦੇ ਵਿੱਚ ਵਿਕਾਸ ਹੋਏਗਾ। ਉਸ ਵਿਕਾਸ ਦੀ ਆਸ਼ਾ ਦੇ ਨਾਲ ਹੀ ਮੈਂ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ। ਕਦੀ ਫਿਰ ਮੁਲਾਕਾਤ ਹੋਏਗੀ ਤੇ ਡਿਜੀਟਲ ਮੋਡ ਤੇ ਫਿਰ ਮਿਲਾਂਗੇ। ਮਿਹਰਬਾਨੀ। ਮੈਂ ਇੱਕ ਥੈਂਕ ਯੂ ਚੀਜ਼ ਸੋ ਮਚ। ਐਡ ਕਰਨਾ ਚਾਹੁੰਦਾ ਸੀ ਜੇ ਜੀ ਵਕਤ ਹੈਗਾ ਤਾਂ। ਜੀ ਜੀ ਸ਼ੋਰ ਸ਼ੋਰ। ਇੱਕ ਡਿਜੀਟਲ ਤੇ ਫਿਜ਼ੀਕਲ ਦੋਨੋਂ ਹੀ ਜ਼ਰੂਰੀ ਨੇ। ਸੋ ਜਿਸ ਤਰ੍ਹਾਂ ਹੁਣ ਇੰਡੀਵਿਜੁਅਲ ਲੈਵਲ ਮੈਂ ਦੋ ਚੀਜ਼ਾਂ ਚਾਰ ਚੀਜ਼ਾਂ ਇਕੱਠੀਆਂ ਕੀਤੀਆਂ ਨੇ, ਪਰ ਉਹਨਾਂ ਨੂੰ ਡਿਜੀਟਲੀ ਆਨਲਾਈਨ ਪਾਇਆ ਹੋਇਆ। ਇਦਾਂ ਵੀਰ ਜੀ ਨੇ ਬਹੁਤ ਚੀਜ਼ਾਂ ਇਕੱਠੀਆਂ ਕੀਤੀਆਂ ਹੋਈਆਂ, ਪਰ ਉਹਨਾਂ ਨੂੰ ਫਿਜ਼ੀਕਲੀ ਫਾਰਮ 'ਚ ਵੀ ਸਾਂਭ ਕੇ ਰੱਖਿਆ ਹੋਇਆ। ਤੋ ਮੈਨੂੰ ਲੱਗਦਾ ਹੁੰਦਾ ਕਿ ਦੋਨੋਂ ਚੀਜ਼ਾਂ ਜਿਹੜਾ ਜ਼ਰੂਰੀ ਨੇ ਦੋਨੋਂ ਐਂਗਲ ਤੋਂ। ਸੋ ਜਦੋਂ ਦੋ ਡਿਜੀਟਲ ਫਾਰਮ 'ਚ ਚੀਜ਼ਾਂ ਪੇਸ਼ ਹੋਣੀਆਂ ਨੇ, ਜਿਹੜਾ ਜੇ ਮੈਂ ਦੋਨਾਂ ਨੂੰ ਪੜ੍ਹਨਾ ਆ, ਮੇਰੇ ਲਈ ਬਹੁਤ ਔਖਾ ਹੋਏਗਾ ਕਿ ਜਿਹੜੇ ਸੁਹਿਰਦ ਮਨ ਨਾਲ ਚੀਜ਼ ਕੀਤੀ ਹੋਈ ਉਹ ਦੋਨਾਂ 'ਚੋਂ ਕਿਹੜੀ ਹੈ। ਬਿਲਕੁਲ ਦਰੁਸਤ ਆ ਗੱਲ। ਅਸਲ 'ਚ ਤਾਂ ਗੱਲ ਇਹ ਆ ਵੀ ਇੰਡੀਵਿਜੁਅਲ ਤੌਰ ਤੇ ਕੰਮ ਕਰਨ ਵਾਲੇ ਜਿੱਦਾਂ ਤੁਸੀਂ ਹੋ, ਉਹਦੀ ਵੀ ਲੋੜ ਆ। ਦਵਿੰਦਰ ਪਾਲ ਹੋਰੀ ਜਿੱਦਾਂ ਆਰਗੇਨਾਈਜੇਸ਼ਨ ਦੇ ਤੌਰ ਤੇ ਕੰਮ ਕਰ ਜੀ ਰਹੇ ਆ, ਜੀ ਜੀ ਉਹਨਾਂ ਦੀ ਵੀ ਲੋੜ ਆ। ਜੀ ਜੀ ਤੇ ਜਿੱਦਾਂ ਮੈਂ ਸੰਵਾਦ ਦੀ ਗੱਲ ਛੇੜ ਰਿਹਾ, ਉਹਦੀ ਵੀ ਲੋੜ ਆ। ਇਸ ਲਈ ਬਿਲਕੁਲ ਬਿਲਕੁਲ ਇਹ ਜਿਹੜੀ ਅੱਜ ਦੀ ਮੀਟਿੰਗ ਆ, ਇਹ ਹਾਂਜੀ ਤਿੰਨਾਂ ਦੇ ਮਤਲਬ ਇਟਸ ਅ ਟੀਮ ਵਰਕ ਯੂ ਕੈਨ ਸੇ। ਬਿਲਕੁਲ। ਜੇ ਤੁਸੀਂ ਨਾ ਹੁੰਦੇ ਮੈਂ ਵੀਰ ਜੀ ਨੂੰ ਮਿਲਣਾ ਨਹੀਂ ਸੀਗਾ ਫਿਰ। ਬਸ ਇਹ ਡਿਜੀਟਲਾਈਜੇਸ਼ਨ ਸ਼ੁਰੂ ਕੀਤਾ। ਕੈਨੇਡਾ ਚ ਬੈਠੇ ਵੀ ਆਪਾਂ ਇਕੱਠੇ ਆਏ, ਚੰਡੀਗੜ੍ਹ ਚ ਬੈਠੇ। ਹਾਂਜੀ ਬਿਲਕੁਲ ਜੀ। ਸੋ ਆਪਾਂ ਤਿੰਨੇ ਜਾਣੇ ਮਿਲ ਕੇ ਅੱਜ ਦਾ ਇਹ ਸੰਵਾਦ ਰਚਾਇਆ, ਤੇ ਇਹ ਸੰਵਾਦ ਚ ਸ਼ਾਮਿਲ ਹੋਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ। ਸਾਡੀ 12 ਜ਼ੂਮ ਮੀਟਿੰਗ ਵਿੱਚੋਂ 8ਵਾਂ ਅੰਕ। ਇਸੇ ਤਰ੍ਹਾਂ ਅਗਲੇ 9ਵੇਂ ਅੰਕ ਦੇ ਵਿੱਚ ਵੀ ਸਾਡਾ ਖਾਸ ਵਿਸ਼ਾ ਹੋਵੇਗਾ ਪੰਜਾਬੀ ਰੰਗਮੰਚ ਡਿਜੀਟਲ ਰੰਗ। ਇਸ ਵਿੱਚ ਭਾਗ ਲੈਣਗੇ ਨਾਟਕ ਨਿਰਦੇਸ਼ਕ ਅਨੀਤਾ ਸ਼ਬਦੀਸ਼ ਅਤੇ ਹਰਕਮਲਜੀਤ ਸਾਹਿਲ, ਸੰਚਾਲਕ ਹੋਣਗੇ ਜਸਵੰਤ ਦੀ। ਫਿਰ ਮਿਲਾਂਗੇ ਇਸ ਲੜੀ ਦੇ ਅਗਲੇ ਅੰਕ ਵਿੱਚ। ਧੰਨਵਾਦ।